इलाके चो माण मैनूं बहुत मिलिया जी। एक अपने मिंटू गुरु सरिया होए आ साडे पत्रकार आ सत्कारयोग जी, उन्हां ने एक बुक लिखी सीगी, उहदे च मेरे नां दा जिक्र करिया सी। जिले मन्नियों खेडे सी असीं जी, जिवें बठिंडा जिला फरीदकोट जिलों दी टीमां दे खेडे सी असीं, ते उहने मेरे मतलब जिक्र करिया सी वी राजा कबड्डी खिडारी वधिया खेडिया। ਜਦੋਂ ਰਾਜੇ ਕੌਲ ਵਾਲੇ ਨੇ ਰੇਡ ਪਾਈ ਅਤੇ ਉੱਥੇ ਤੁਹਾਡਾ ਜ਼ਿਕਰ ਕਰਿਆ, ਮੈਨੂੰ ਐਂ ਲੱਗਾ ਕਿ ਯਾਰ ਬਾਬੇ ਦੇ ਪੂਰੀਆਂ ਗੱਲਾਂ ਯਾਦ ਆ ਗਈਆਂ। ਕਹਿੰਦਾ ਉਹ ਵੀ ਰਾਜਾ ਬਹੁਤ ਤਕੜੀ ਕਬੱਡੀ ਖੇਡ ਰਿਹਾ। ਫਿਰ ਜਿਵੇਂ ਉੱਧਰ ਭੋਡੀਪੁਰਾ ਹੋ ਗਿਆ ਜੀ, ਸੇਵੇ ਵਾਲਾ ਹੋ ਗਿਆ, ਅਤੇ ਭੁੱਖਿਆਂ ਵਾਲੀ ਹੋ ਗਈ, ਤੁੰਗ ਵਾਲੀ ਹੋ ਗਈ, ਜੈਤੋ ਹੋ ਗਈ, ਗੁਰੂ ਸਰ ਦੀ ਟੀਮ ਹੁੰਦੀ ਸੀਗੀ, ਥਾਂਦੇ ਵਾਲੀ ਦੀ ਟੀਮ ਹੁੰਦੀ ਸੀਗੀ, ਮੱਲਣ ਦੀ ਟੀਮ ਹੁੰਦੀ ਸੀਗੀ, ਇਹਨਾਂ ਦੀ ਕੌਣੀ ਦੀਆਂ ਟੀਮਾਂ, ਦੋਦੇ ਦੀ ਟੀਮ, ਇਹਨਾਂ ਪਿੰਡਾਂ ਦੀਆਂ ਟੀਮਾਂ ਵੀ ਬਹੁਤ ਹੁੰਦੀਆਂ ਸੀ, ਵਧੀਆ ਟੀਮਾਂ। ਪਰ ਅਸੀਂ ਉਦੋਂ ਆਪਦੇ ਟਾਈਮ ਨਾਲ ਬਹੁਤ ਸੋਹਣਾ ਖੇਡੇ ਹਾਂ ਵੀ, ਜਦੋਂ ਬਹੁਤ ਸੋਹਣਾ ਵੱਡੀਆਂ ਟੀਮਾਂ ਨਾਲ ਵੀ ਖੇਡੇ ਹਾਂ। ਹੁਣ ਜਿਵੇਂ ਸਟਾਰ ਜਾਫੀ ਹੁੰਦੇ ਸੀ ਰੌਂਤੇ ਵਾਲੇ, ਮੀਤੇ ਨਾਲ ਹੁੰਦੇ, ਫੌਜੀ ਹੁੰਦਾ ਸੀ ਜੀ, ਚੇਤੋ ਵਾਲੇ ਹੁੰਦਾ ਸੀਗਾ, ਕੇਵਲ ਭਾਊ, ਮੈਂ ਵਧੀਆ ਉਹਨਾਂ ਤੋਂ ਭੱਜ ਜਾਂਦਾ ਸੀਗਾ ਜੀ। ਅਤੇ ਮੈਂ ਹੁਣ ਐਂ ਕਰਦਾ ਵੀ ਉਹਨਾਂ ਨੂੰ ਅਸੀਂ ਹਰੇ ਵੀ ਬਹੁਤ ਹੈ, ਜਿੱਤਿਆ ਵੀ ਹੈਗਾ ਜੀ। ਵੀ ਉੱਥੋਂ ਮੈਂ ਉਹੀ ਅਸੀਂ ਵੇਟ, ਜਦੋਂ ਇੱਕ ਤਾਂ ਵੇਟ ਵਧੇ ਨਹੀਂ, ਜਦੋਂ ਮਿਹਨਤੀ ਬਾਹਲੀ ਕਰਦੇ ਸੀਗੇ ਜੀ ਜੀ ਟੂਰਨਾਮੈਂਟ 'ਤੇ, ਜਦੋਂ ਵੇਟ ਵਧਿਆ ਉਦੋਂ ਫਿਰ ਅਸੀਂ ਪੁਲਿਸ ਮਹਿਕਮੇ 'ਚ ਭਰਤੀ ਹੋ ਗਏ। ਅਤੇ ਰੇਡਾਂ ਦੇ ਉੱਤੇ ਪੈਸੇ ਲੱਗਦੇ ਸੀ ਕਿ ਨਹੀਂ? ਉਦੋਂ ਰੇਡਾਂ ਲੱਗਦੇ 5-10 ਰੁਪਏ ਜੀ, 5-10। 5-10 ਦਸ ਤਾਂ ਬਹੁਤ ਵੱਡੀ ਗੱਲ ਸੀਗੀ ਜੀ। ਕਿੱਥੇ ਲੱਗਿਆ ਸਭ ਤੋਂ ਵੱਧ? ਲੰਬੀ ਲੱਗਦੇ ਰਹੇ ਜੀ, ਹੋਰ ਸਾਰੇ ਸਿੱਖ ਵਾਲੇ ਲੱਗਦੇ ਰਹੇ ਜੀ, ਕਿਉਂ ਵਾਲੀ ਖੇਡ ਤੋਂ ਇੱਥੇ ਲੱਗਦੇ ਸੀਗੇ। ਦਰਸ਼ਕ ਵੀਰੋ, ਜਦੋਂ ਵੀ ਗਿੱਦੜ ਬਹਾ ਜਾਂ ਲੰਬੀ ਹਲਕੇ ਦਾ ਜ਼ਿਕਰ ਆਉਂਦਾ ਤਾਂ ਰਾਜਨੀਤੀ ਦਾ ਜ਼ਿਕਰ ਆਉਂਦਾ, ਪਰ ਰਾਜਨੀਤੀ ਦੇ ਨਾਲ ਨਾਲ ਕਲਾਕਾਰਾਂ ਕਰਕੇ ਵੀ ਇਸ ਇਲਾਕੇ ਨੂੰ ਜਾਣਿਆ ਜਾਂਦਾ, ਕਲਾਕਾਰਾਂ ਦੇ ਨਾਲ ਨਾਲ ਕਬੱਡੀ ਕਰਕੇ ਵੀ ਇਸ ਇਲਾਕੇ ਨੂੰ ਜਾਣਿਆ ਗਿਆ। ਪੁਰਾਣੇ ਸਮੇਂ ਦੇ ਵਿੱਚ ਵੀ ਕਾਫੀ ਨਾਮੀ ਟੀਮਾਂ ਹੋਈਆਂ ਅਤੇ ਅੱਜ ਕੱਲ੍ਹ ਵੀ ਨਾਮੀ ਟੀਮਾਂ ਹੋਈਆਂ। ਇਸ ਇਲਾਕੇ ਦਾ ਇੱਕ 62 ਕਿਲੋ ਦਾ ਨਾਮੀ ਰੇਡਰ ਹੋਇਆ ਰਾਜਾ ਲਾਲ ਬਾਈ, ਜਿਸ ਦੀ ਖੇਡ ਗਰਾਊਂਡਾਂ ਦੇ ਵਿੱਚ ਝੰਡੀ ਰਹੀ ਆ ਕਾਫੀ ਲੰਮਾ ਸਮਾਂ, ਟੌਪ ਦੀ ਕਬੱਡੀ ਖੇਡਿਆ। ਅੱਜ ਉਹਨਾਂ ਨਾਲ ਮੁਲਾਕਾਤ ਕਰਾਂਗੇ, DPD ਟੈਲੀਵਿਜ਼ਨ ਦੀ ਟੀਮ ਉਹਨਾਂ ਦੇ ਗ੍ਰਹਿ ਪਿੰਡ ਲਾਲ ਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚੀ ਆ। ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ DPD ਟੈਲੀਵਿਜ਼ਨ 'ਤੇ ਉਹਨਾਂ ਦਾ ਸਵਾਗਤ ਕਰਦਾ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਆਇਆਂ ਨੂੰ, ਵੈਲਕਮ। ਸ਼ੁਕਰੀਆ ਜੀ। ਰਾਜਾ ਜੀ, ਆਪਾਂ ਕਾਫੀ ਗੱਲਾਂ ਬਾਤਾਂ ਕਰਾਂਗੇ ਮਾਂ ਖੇਡ ਕਬੱਡੀ ਬਾਰੇ, ਜੀਵਨੀ ਬਾਰੇ, ਜਿੱਤਾਂ ਬਾਰੇ, ਅਤੇ ਰੀਅਲ ਨੇਮ ਕੀ ਆ ਤੁਹਾਡਾ? ਪਹਿਲਾ ਸਵਾਲ ਇਹ ਜਾਣਦੇ ਜਿਵੇਂ ਕਿ ਕਬੱਡੀ ਦੇ ਵਿੱਚ ਤਾਂ ਰਾਜੇ ਕਰਕੇ ਪਹਿਚਾਣ ਬਣੀ ਆ। ਮੇਰਾ ਨਾਂ ਹੈਗਾ ਸੁਖਰਾਜ ਸਿੰਘ, ਪੱਕਾ ਨਾਂ ਜੀ, ਅਤੇ ਮੈਨੂੰ ਜਾਣਦੇ ਰਾਜਾ ਕਰਕੇ ਹੀ ਹੈ, ਰਾਜਾ ਕਬੱਡੀ ਖਿਡਾਰੀ ਵੀ, ਉਦੋਂ ਰਾਜਾ ਕਬੱਡੀ ਖਿਡਾਰੀ ਕਰਕੇ ਚੱਲਦਾ ਸੀ, ਸੁਖਰਾਜ ਤਾਂ ਫਿਰ ਮੇਰਾ ਨਾਂ ਲੈਂਦੇ ਨੇ ਜੀ। ਅਤੇ ਤੁਹਾਡੇ ਪਿੰਡ ਦੇ ਵਿੱਚ 2 ਰਾਜੇ ਹੋਏ ਨੇ, ਤੁਸੀਂ ਕਿਹੜੇ ਰਾਜੇ ਹੋ, ਵੱਡੇ ਕਿ ਛੋਟੇ? ਇੱਕ ਉਹ ਛੋਟਾ ਰਾਜਾ ਸੀ, ਮੈਂ ਵੱਡਾ ਰਾਜਾ ਸੀ। ਰਾਜੇ ਸਾਡੇ 3 ਹੋਏ ਆ ਜੀ, ਇੱਕ ਪੰਜਾਬ ਰੋਡਵੇਜ਼ ਦਾ ਰਾਜਾ, ਉਹ ਵੀ ਬਹੁਤ ਸੋਹਣੀ ਕਬੱਡੀ ਖੇਡਿਆ। ਬਾਜੀ ਵਜਣ ਕੇ ਰਾਜੇ ਨਾਮ ਨੂੰ ਪ੍ਰਫੁੱਲਤ ਮਿਲੀ ਹੈ ਪਿੰਡ ਦੇ ਵਿੱਚ। ਰਾਜੇ ਜਮੇਰ ਸੀ ਜੀ। ਅਤੇ ਕਬੱਡੀ ਦਾ ਮਾਹੌਲ ਕਿਵੇਂ ਸੀ ਜਿਵੇਂ ਕਿ ਜਦੋਂ ਤੁਸੀਂ ਖੇਡਣ ਲੱਗੇ ਹੋ, ਕਿਵੇਂ ਆਏ ਕਬੱਡੀ ਵੱਲ? ਕਬੱਡੀ ਜੀ ਅਸੀਂ ਸਕੂਲ ਦੇ ਵਿੱਚ ਨੈਸ਼ਨਲ ਸ਼ੁਰੂ ਕਰੀ ਸੀਗੀ ਸਕੂਲ 'ਚ, 8ਵੀਂ 9ਵੀਂ 'ਚ, ਅਤੇ ਉਦੋਂ ਬਸ ਉਹ ਨੈਸ਼ਨਲ ਤੋਂ ਫਿਰ ਅਸੀਂ, ਸਾਡੇ ਬਲਵਿੰਦਰ DP ਹੁੰਦਾ ਸੀ ਸਾਡੇ ਚੰਨੂ ਦੇ ਸੀ, ਉਹ ਵੀ ਓਪਨ ਖੇਡਦੇ ਹੁੰਦੇ, ਸਾਡੇ ਪੁਰਾਣੇ ਪਲੇਅਰ ਜਿਹੜੇ ਓਪਨ ਖੇਡਦੇ ਹੁੰਦੇ ਸੀ, ਜੱਗਾ ਪੱਪੂ, ਉਹਨਾਂ ਨੂੰ ਦੇਖ ਕੇ ਫਿਰ ਸਾਨੂੰ ਜੈਲ ਹੁੰਦਾ ਸੀ, ਉਹਨਾਂ ਨੂੰ ਦੇਖ ਕੇ ਫਿਰ ਅਸੀਂ ਓਪਨ ਖੇਡਣ ਲੱਗ ਗਏ। ਨੈਸ਼ਨਲ ਦੇ ਵਿੱਚ ਸਟਾਰਟਿੰਗ ਕਰੀ, ਹਾਂਜੀ, ਅਤੇ ਪਿੰਡ ਦੇ ਵਿੱਚ ਮਾਹੌਲ ਸੀ ਸਰਕਲ, ਹਾਂ, ਸਰਕਲ ਦੀ ਤਾਂ ਟੀਮ ਕਿੰਨੀ ਕੁ ਵਧੀਆ ਸੀਗੀ? ਸਰਕਲ ਦੀ ਤਾਂ ਬਹੁਤ ਵਧੀਆ ਟੀਮ ਸੀਗੀ, ਜਿਵੇਂ ਉਹਨਾਂ ਨੂੰ ਦੇਖ ਕੇ ਕਬੱਡੀ ਖੇਡਣ ਲੱਗੇ। ਕਿਸ ਸਨ ਦੀਆਂ ਗੱਲਾਂ ਜੀ ਇਹ ਜਦੋਂ ਕਬੱਡੀ ਦੀ ਚੇਟ? ਮੰਨ ਲਓ ਜੀ ਇਹ 90 ਤੋਂ ਸ਼ੁਰੂਆਤ ਹੋਈ ਹੋਊਗੀ, 90 ਤੋਂ ਲਾ ਲਓ ਜੀ, 1990 ਦੇ ਵਿੱਚ, ਅੱਜ ਤੋਂ 32-33 ਸਾਲ ਪਹਿਲਾਂ। ਹਾਂਜੀ ਜੀ। ਅਤੇ ਕਿਹੜੇ ਭਾਰ ਵਰਗ ਤੋਂ ਸ਼ੁਰੂਆਤ ਹੋਈ? ਭਾਰ ਜੀ ਅਸੀਂ ਖੇਡਣ ਲੱਗੇ ਹਾਂ 52 ਕਿਲੋ ਜੀ, 52 ਤਾਂ ਖੇਡਿਆ ਥੋੜ੍ਹਾ ਚਿਰ ਹੀ, 1-2 ਸਾਲ ਹੀ ਬਸ ਜੀ, ਫਿਰ 57-62 ਖੇਡੇ ਜੀ, 57-62 ਲੰਮਾ ਖੇਡਿਆ। 57-62 ਜਾਣੀ ਕਿ ਲੰਮਾ ਸਮਾਂ ਖੇਡਿਆ, ਲੰਮਾ ਸਮਾਂ ਖੇਡਿਆ, ਜ਼ਿਆਦਾ ਨਾਮ 57-62 ਹੀ ਬਣਿਆ। ਹਾਂ ਜੀ, 10-11-12 ਸਾਲ ਇਹ ਖੇਡੇ ਜੀ ਜੀ। ਅਤੇ ਜਦੋਂ ਸ਼ੁਰੂਆਤੀ ਸਮਿਆਂ ਦੇ ਵਿੱਚ ਟੀਮ ਬਣਾਈ, ਉਦੋਂ ਤੁਹਾਡੇ ਨਾਲ ਕਿਹੜੇ ਕਿਹੜੇ ਰੇਡਰ ਸਨ ਅਤੇ ਕਿਹੜੇ ਕਿਹੜੇ ਜਾਫੀ ਸਨ? ਮੇਰਾ ਜਾਫੀ ਹੁੰਦਾ ਸੀ ਕੁਲਵਿੰਦਰ ਕਾਲੀ ਜੀ, ਕੁਲਦੀਪ ਸੂਲਾ, ਰਛਪਾਲ ਮੌੜ ਹੁੰਦਾ ਸੀਗਾ, ਬਘੇਲ ਮਾਨ ਹੁੰਦਾ ਸੀਗਾ ਜੀ, ਇੱਕ ਗੁਰਮੀਤ ਹੁੰਦਾ ਸੀ ਸਾਡੇ ਪਿੰਡ ਮੁੰਡਾ ਸੀਗਾ, ਅਤੇ ਗੁਰਮੀਤ ਮਾਨ ਹੁੰਦਾ ਸੀ, ਬਲਜੀਤਾ ਵੀ ਹੁੰਦਾ ਸੀ ਸਾਡੇ 'ਚ, ਇਹ ਹੁੰਦੇ ਸੀ ਉਦੋਂ ਜੀ। ਜਾਣੀ ਕਿ ਜਾਫੀ ਵਧੀਆ ਸੀ ਅਤੇ ਰੇਡਰ ਤੁਸੀਂ ਇਕੱਲੇ ਸੀ? ਹਾਂ, ਰੇਡਰ ਮੈਂ ਇਕੱਲਾ ਸੀਗਾ ਜੀ। ਅਤੇ ਉਦੋਂ ਜਿਵੇਂ ਦੱਸ ਰਹੇ ਹੋ ਤੁਸੀਂ ਕਿ 90 ਦੇ ਵਿੱਚ ਸ਼ੁਰੂਆਤ ਕਰੀ, ਅਤੇ 4-5 ਜਾਫੀ ਹੁੰਦੇ ਸੀ, ਇਕੱਲੇ ਰੇਡਰ ਸੀਗੇ। ਹਾਂਜੀ। ਅਤੇ ਬਾਕੀ ਟੀਮਾਂ ਕੋਲ ਵੀ ਇਕੱਲੇ ਇਕੱਲੇ ਰੇਡਰ ਹੁੰਦੇ ਸੀ ਕਿ 2-2-3 ਹੁੰਦੇ? ਬਾਕੀ ਜੀ ਜਿਵੇਂ ਹੁਣ ਤੁੰਗ ਵਾਲੀ ਕੋਲ ਇਕੱਲਾ ਹੁੰਦਾ ਸੀ ਵੀਰਾ, ਪੁੱਛੋ ਖੁਰਦ ਕੋਲ ਸੀਰਾ ਹੁੰਦਾ ਸੀ, ਘਰਾਚੋ ਵਾਲਾ ਸੋਮਾ ਇਕੱਲਾ ਹੁੰਦਾ ਸੀ, ਅਤੇ ਸ਼ੁਕਰੀ ਢੇਰੀ ਵਾਲਾ ਉਹਦੇ ਵਿੱਚ ਦੇਖਦੇ ਹੁੰਦੇ ਸੀਗੇ, ਅਤੇ ਜੈਤੋ ਵਾਲਾ ਭਾਊ ਹੁੰਦਾ ਸੀਗਾ ਜੀ, ਇਕੱਲੇ ਹੁੰਦੇ ਸੀਗੇ।
ਬਾਜੀ ਬਾਜੀ ਨੇ ਕੱਲੇ ਕੱਲੇ ਰੇਡਰ ਕੱਲੇ ਕੱਲੇ ਰੇਡਰ ਹੁੰਦੇ ਸੀਗੇ। ਤੇ ਤੁਹਾਡਾ ਨਾਮ ਕਦੋਂ ਬਣਿਆ ਕਬੱਡੀ ਦੇ ਵਿੱਚ, ਜਿਵੇਂ ਕਿ 52 ਕਿਲੋ ਤੋਂ ਸ਼ੁਰੂਆਤ, 52 ਤੋਂ ਸ਼ੁਰੂਆਤ ਕਰੀ, ਨਾਮ ਕਦੋਂ ਉੱਭਰ ਕੇ ਆਇਆ ਕਬੱਡੀ? ਨਾਮ ਜੀ 52 ਕਿਲੋ ਖੇਡਣ ਲੱਗ ਗਏ ਸੀ ਅਸੀਂ। ਕਿਸ ਸੰਨ ਦੇ ਵਿੱਚ 52 ਖੇਡਣ ਲੱਗੇ? 52 ਬਸ 2 ਸਾਲ ਬਾਅਦ ਅਸੀਂ ਲੱਗ ਗਏ ਸੀਗੇ ਜੀ। ਕਿਹੜਾ ਟੂਰਨਾਮੈਂਟ ਸੀ ਜਿੱਥੋਂ ਕਿ ਨਾਮ ਉੱਭਰਿਆ ਤੁਹਾਡਾ, ਗੱਲਾਂ ਜਾਂ ਹੋਣ ਲੱਗੀਆਂ? ਨਾਮ ਤਾਂ ਜੀ ਲੰਬੀ ਵਾਲੇ ਟੂਰਨਾਮੈਂਟ ਨੇ ਸਾਡਾ ਬਹੁਤ ਨਾਮ ਬਣਾਇਆ ਜੀ ਜੀ। ਇੱਥੇ ਆਏ ਸੀ ਵੀ ਇੱਥੇ 62 ਕਿਲੋ ਵੀ ਖੇਡਦੇ ਰਹੇ ਹਾਂ, ਅਤੇ ਲੰਬੀ ਬਲਾਕ ਓਪਨ ਸਾਡੇ ਹੁੰਦਾ ਸੀ ਟੂਰਨਾਮੈਂਟ, ਅਤੇ ਉਹਦੇ ਵਿੱਚ ਜਿਵੇਂ ਹੁਣ 75 ਅਤੇ 80 ਦੇ ਮੈਚ ਹੁੰਦੇ ਆ ਲੰਬੀ ਬਲਾਕ ਦੇ, ਸਾਡੇ ਐਂ ਮੈਚ ਹੁੰਦੇ ਸੀ 15-15 ਘੱਟੋ ਘੱਟ ਟੀਮਾਂ ਸਾਡੇ ਲੰਬੀ ਬਲਾਕ ਦੀਆਂ ਵਧੀਆ ਟੀਮਾਂ ਹੁੰਦੀਆਂ ਸੀ ਜੀ। ਜਿਵੇਂ ਕਿ ਆਪਣੇ ਨਾਮ ਇਲਾਕੇ ਦੇ ਚੋਂ ਨਾਮ ਉੱਭਰਿਆ, ਇਲਾਕੇ 'ਚੋਂ ਨਾਮ ਉੱਭਰਿਆ ਜੀ, ਲੰਬੀ ਵਾਲੇ ਨਾਂ ਕਰਕੇ ਦੂਰ ਦੂਰ ਤੋਂ ਲੋਕ ਆਉਂਦੇ ਦੇਖਣ ਜੀ, ਅਤੇ ਫਿਰ ਲੰਬੀ ਵਾਲੇ ਟੂਰਨਾਮੈਂਟ ਤੋਂ ਫਿਰ ਪੂਰਾ ਨਾਂ ਬਣ ਗਿਆ ਜੀ। ਅਤੇ ਫਿਰ ਉਸ ਸਮੇਂ ਦੇ ਕਿਹੜੇ ਕਿਹੜੇ ਨਾਮੀ ਟੂਰਨਾਮੈਂਟ ਜਿੱਤ ਰੱਖੇ ਆ ਜੀ? ਨਾਮੀ ਜੀ ਲੰਬੀ ਵਾਲਾ ਵੀ ਜਿੱਤਿਆ, ਅੱਖਿਓ ਵਾਲੀ ਟੂਰਨਾਮੈਂਟ ਹੁੰਦਾ ਸੀ ਸਿੱਖ ਵਾਲਾ, ਅਸੀਂ ਬਾਦਲ ਟੂਰਨਾਮੈਂਟ ਕਰਵਾਇਆ ਜੀ ਬਾਦਲ, ਉਹ 51,000 ਰੁਪਈਆ ਨਾਮ ਸੀ ਕਬੱਡੀ ਨੂੰ ਜੀ ਲੰਬੀ ਬਲਾਕ ਨੂੰ, ਅਤੇ ਸੀਗਾ 21,000 ਰੁਪਈਆ ਅਸੀਂ ਲਾਸ ਨੂੰ ਜੀ ਰੱਸਾਕਸੀ ਨੂੰ ਜੀ, ਅਤੇ 25,000 ਵਾਲੀਬਾਲ ਨੂੰ ਸੀ, ਤਿੰਨੇ ਅਸੀਂ ਲਾਲ ਬਈ ਫਸਟ ਆਈ ਗਏ, ਤਿੰਨੇ ਟੀਮਾਂ ਜੀ। ਅਤੇ ਹੋਰ ਕੋਈ ਨਾਮੀ ਟੂਰਨਾਮੈਂਟ ਹੋਵੇ ਜੀ? ਨਾਮੀ ਟੂਰਨਾਮੈਂਟ ਇੱਕ ਵੀਰੇ ਨਾਲ ਗਏ ਸੀ ਨਾਭੇ ਜੀ, ਉਹਦੇ 'ਚ ਮੈਂ ਸੀ ਵੀ ਮੈਂ ਇਕੱਲਾ ਸੀਗਾ ਲਾਲ ਬਾਈ ਦਾ ਜੀ, ਸੁੱਖੀ ਮੈਮੋਰੀਅਲ ਕੱਪ, ਸੁੱਖੀ ਮੈਮੋਰੀਅਲ ਕੱਪ ਜੀ ਹਾਂਜੀ, ਉਹ ਵੀ ਜਿੱਤਿਆ ਹੋਇਆ, ਉਹ ਵੀ ਜਿੱਤਿਆ ਜੀ। ਜਿਵੇਂ ਕਿ ਕਾਫੀ ਜ਼ਿਆਦਾ ਨਾਮੀ ਟੂਰਨਾਮੈਂਟ ਜਿੱਤੇ, ਕਾਮੀ ਨਾਮੀ ਅਤੇ ਇੱਕ ਸਾਡੇ ਵਿਰਕ ਖੁਰਦ ਘੋੜੇ ਦਾ ਪਿੰਡ ਵਿਰਕ ਕਲਾਂ ਜੀ ਜੀ, ਵਿਰਕ ਖੁਰਦ ਸਾਡੇ 48 ਕਿਲੋ ਅਤੇ 52 ਕਿਲੋ 57 ਕਿਲੋ 62 ਓਪਨ ਜੀ, ਲਾਲ ਬਾਈ ਸਾਡਾ ਜਿਹੜਾ ਫਾਈਨਲ ਮੈਚ ਓਪਨ ਦਾ ਸੀ ਉਹ ਕੌਣੀ ਜਿੱਤ ਗਈ ਸੀਗੀ ਜੀ ਜੀ, ਕੌਣੀ ਨਾਲ ਫਾਈਨਲ ਸੀ ਸਾਡਾ ਜੀ, ਅਤੇ ਉਹ ਕੌਣੀ ਨਿੰਦਰ ਕੌਣੀ ਦਾ ਹੁੰਦਾ ਸੀ ਰੇਡਰ ਹੁੰਦਾ ਸੀ, ਪਾਲਾ ਦਾ ਜਾਫੀ ਹੁੰਦਾ ਸੀਗਾ, ਅਤੇ ਉਹਦੇ ਨਾਲ ਸਾਡਾ ਫਾਈਨਲ ਸੀ, ਕੌਣੀ ਨੂੰ ਹਾਰ ਗਏ ਸੀ ਫਾਈਨਲ, 62 ਸਾਡਾ ਉਹਦੇ ਨਾਲ ਸੀ ਪੱਕੇ ਕਲਾ ਨਾਲ ਜੀ, ਪੱਕੇ ਕਲਾ ਨੂੰ ਅਸੀਂ ਜਿੱਤ ਗਏ ਸੀਗੇ, ਅਤੇ 57 ਕਿਲੋ ਸਾਡੇ ਗੁਰਮੀਤ ਅਰਗੇ ਹੁੰਦੇ ਸੀ ਰਾਜਾ, ਜਿਹੜਾ ਪੰਜਾਬ ਰੋਡਵੇਜ਼ ਡਿਊਟੀ ਕਰਦਾ ਜੀ, ਉਹ ਹੁੰਦਾ ਸੀਗਾ, ਕਾਲੀ ਦਾ ਵੀ ਵੇਟ ਘੱਟ ਸੀਗਾ 57 'ਚ, ਉਹ ਕਾਲੀ ਵੀ ਖੇਡਿਆ ਸੀਗਾ, ਸੂਲੇ ਅਰਗੇ ਖੇਡੇ ਸੀ, ਬਘੇਲ ਅਰਗੇ ਸਾਡੇ ਨਾਲ 62 'ਚ ਹੁੰਦੇ ਸੀਗੇ, ਇਹ ਟੂਰਨਾਮੈਂਟ ਅਸੀਂ 48 ਤਾਂ ਸੇਮਾਂ ਹੁੰਦਾ ਸੀ ਸਾਡੇ ਜੀ, ਉਹ 48 ਅਤੇ 52 ਦੋਨੇ ਉਹਨਾਂ ਨੇ ਜਿੱਤੀ, ਉਹਦੇ ਨਾਲ ਦੋ ਮੁੰਡੇ ਹੋਰ ਹੁੰਦੇ ਸੀਗੇ। ਜਿਵੇਂ ਕਿ ਕਬੱਡੀ ਦਾ ਮਾਹੌਲ ਸੀ ਪਿੰਡ ਦੇ ਵਿੱਚ, 3-4 ਟੀਮਾਂ ਬਣਦੀ ਸੀ ਅਲੱਗ ਅਲੱਗ ਭਾਰ ਵਰਗੀਆਂ, ਕਬੱਡੀ ਤਾਂ ਉਦੋਂ ਸਾਡੇ ਬਹੁਤ ਵਧੀਆ ਖੇਡਦੇ ਸੀ ਮੁੰਡੇ ਸਾਡੇ ਪਿੰਡ ਦੇ, ਅਤੇ ਅੱਜ ਕੱਲ੍ਹ ਵੀ ਕਬੱਡੀ ਦਾ ਮਾਹੌਲ ਹੈ ਕਿ ਨਹੀਂ? ਅੱਜ ਕੱਲ੍ਹ ਜੀ ਹੁਣ ਸਾਡੇ ਉਹ ਰੋਮੀ ਹੈ ਜੀ, ਬਸ ਸਾਡੇ ਜਿਵੇਂ ਮੁੰਡਾ ਨਾਂ ਸਾਡੇ ਪਿੰਡ ਦਾ ਰੋਸ਼ਨ ਕਰ ਰਿਹਾ ਜੀ ਰੋਮੀ, ਇੱਕ ਨੈਲਾ ਬਘਿਆੜ ਵੀ ਵਧੀਆ ਖੇਡਦਾ ਹੈਗਾ, ਉਹਦਾ ਨਾਂ ਉਹਨੂੰ ਬਘਿਆੜ, ਉਹਨੂੰ ਰੋਮੀ ਨੂੰ ਬਘਿਆੜ ਕਹਿ ਦਿੰਦੇ ਆ ਜੀ, ਉਹ ਮੈਂ ਇਹ ਕਹਿਣਾ ਉਹਨਾਂ ਕਮੈਂਟਰਾਂ ਕੋਲ ਮੈਂ ਬੇਨਤੀ ਕਰਦਾ ਵੀ ਚਲੋ ਰੋਮੀ ਮਾਣ ਕਹਿ ਦਿਆ ਕਰੋ ਜੀ, ਬਘਿਆੜ ਸੋਹਣਾ ਹੀ ਲੱਗਦਾ ਹੈ ਨਾ ਜੀ, ਕੋਈ ਅੱਲ ਪੈਂਦੀ ਹੋ ਸਕਦੀ ਹੈ, ਵੀ ਉਹ ਸੋਹਣਾ ਹੀ ਲੱਗਦਾ ਨਾ, ਨਹੀਂ ਕਈ ਵਾਰੀ ਅੱਲ ਮੈਨੂੰ ਹੁਣ ਮੇਰੇ ਪਿੰਡ ਸੇਲਵਰਾ ਸੋਰੇ ਵਾਲੇ ਕਹਿੰਦੇ ਸਾਨੂੰ, ਸਾਡੇ ਬਜ਼ੁਰਗ ਸੋਰੇ ਦਾ ਕੰਮ ਕਰਦੇ ਸੀਗੇ ਕਿ ਕਈ ਵਾਰੀ ਅੱਲ ਪੈਣ ਲੱਗ ਜਾਂਦੀ ਹੈ ਜੀ, ਯਾਨੀ ਕਿ ਰੋਮੀ ਅਤੇ ਉਹਦੇ ਨਾਲ ਕਾਫੀ ਜ਼ਿਆਦਾ ਹੋਰ ਮੁੰਡੇ ਵੀ ਆ ਜਿਹੜੇ ਵਧੀਆ ਮਿਹਨਤ ਕਰ ਰਹੇ ਨੇ, ਮਿਹਨਤ ਕਰ ਰਹੇ ਜੀ 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 ਜੀ, ਜਿਵੇਂ ਕਿ ਲੰਮੇ ਸਮੇਂ ਤੋਂ ਟੀਮ ਬਣਦੀ ਆ ਰਹੀ ਹੈ। ਹਾਂ ਹਾਂ, ਅਤੇ ਤੁਹਾਡੇ ਸਮੇਂ ਫਿਰ ਨਾਮੀ ਟੀਮਾਂ ਕਿਹੜੀਆਂ ਹੁੰਦੀਆਂ ਸੀ, ਇਹਨਾਂ ਨਾਲ ਅਕਸਰ ਮੈਚ ਤਗੜਾ ਲੱਗਦਾ ਸੀਗਾ? ਹੜਪਾ ਸਮੇਂ ਤਾਂ ਜੀ ਹੁਣ ਲੰਬੀ ਬਲਾਕ ਦੇ ਵਿੱਚ ਹੀ ਘੱਟੋ ਘੱਟ 10-12 ਟੀਮਾਂ ਹੁੰਦੀਆਂ ਸੀਗੀਆਂ 62 ਕਿਲੋ ਦੀਆਂ, ਬਹੁਤ ਵਧੀਆ। ਫਿਰ ਜਿਵੇਂ ਉੱਧਰ ਭੋਡੀਪੁਰਾ ਹੋ ਗਿਆ ਜੀ, ਸੇਵੇ ਵਾਲਾ ਹੋ ਗਿਆ, ਅਤੇ ਭੁੱਖਿਆਂ ਵਾਲੀ ਹੋ ਗਈ, ਕੰਗ ਵਾਲੀ ਹੋ ਗਈ, ਜੈਤੋ ਹੋ ਗਈ, ਗੁਰੂ ਸਰ ਦੀ ਟੀਮ ਹੁੰਦੀ ਸੀਗੀ, ਥਾਂਦੇ ਵਾਲੀ ਦੀ ਟੀਮ ਹੁੰਦੀ ਸੀਗੀ, ਮੱਲਣ ਦੀ ਟੀਮ ਹੁੰਦੀ ਸੀਗੀ, ਇਹਨਾਂ ਦੀ ਕੌਣੀ ਦੀਆਂ ਟੀਮਾਂ, ਦੋਦੇ ਦੀ ਟੀਮ, ਇਹਨਾਂ ਪਿੰਡਾਂ ਦੀਆਂ ਟੀਮਾਂ ਵੀ ਬਹੁਤ ਹੁੰਦੀਆਂ ਸੀ, ਵਧੀਆ ਟੀਮਾਂ ਜਿਵੇਂ ਨਾਲ ਅਕਸਰ ਮੈਚ ਲੱਗਦੇ ਸੀਗੇ, ਅਕਸਰ ਮੈਚ ਲੱਗਦੇ। ਅਤੇ ਕਿਹੜੀ ਟੀਮ ਨਾਲ ਘੱਟ ਮੈਚ ਲੱਗੇ ਆ? ਘੱਟ ਮੈਚ ਸਾਡੇ ਭਾਈ ਰੂਪੇ ਨਾਲ 2 ਮੈਚ ਲੱਗੇ ਜੀ ਜੀ, ਤੁੰਗ ਵਾਲੀ ਨਾਲ ਵੀ ਲੱਗੇ ਆ, ਜਿਵੇਂ ਪੁੱਛੋ ਨਾਲ ਬਹੁਤ ਲੱਗੇ ਆ, ਜੈਤੋ ਨਾਲ ਬਹੁਤ ਲੱਗੇ ਆ, ਭੁੱਖਿਆਂ ਨਾਲ, ਭਾਈ ਰੂਪੇ ਨਾਲ 2 ਮੈਚ ਲੱਗੇ ਸਾਡੇ, ਬਾਣੀ ਸੀਗਾ ਇੱਕ ਦਾ ਟੂਰਨਾਮੈਂਟ ਜੀ, ਉੱਥੋਂ ਅਸੀਂ ਫਸਟ ਸੀਗੇ, ਭਾਈ ਰੂਪੇ ਨਾਲ ਮੈਚ ਸੀਗਾ, ਅਤੇ ਇਹ 2 ਕੁ ਮੈਚ ਲੱਗੇ, ਇੱਕ ਬਲੋਟ ਪਿੰਡ ਜੀ ਓਪਨ ਦਾ ਮੈਚ ਲੱਗਿਆ, ਗੋਲੂ ਹੁੰਦਾ ਸੀ ਸਾਡੇ ਚਬਲ ਖਰਾਣੇ ਤੋਂ ਜੀ, ਉੱਧਰੋਂ ਰਾਜੂ ਹੁੰਦਾ ਸੀ ਉਹਨਾਂ ਦਾ, ਜੱਸੇ ਹਰੀ ਘੋੜੇ ਹਰੀ, ਗੋਲੂ ਹੁੰਦਾ ਸੀ, ਮੋਟਾ ਹੁੰਦਾ ਸੀ ਸਾਡੇ ਪਿੰਡ ਦਾ, ਪਰਮਿੰਦਰ ਪਿੰਦਾ ਇੰਸਪੈਕਟਰ ਆ ਹੁਣ ਜੀ ਪੰਜਾਬ ਪੁਲਿਸ 'ਚ, ਅਤੇ ਇਹ ਹੁੰਦੇ ਸੀ ਮੇਰੇ ਨਾਲ ਓਪਨ 'ਚ। ਜਿਵੇਂ ਕਿ ਤੁਸੀਂ 62 ਵੀ ਖੇਡੇ ਅਤੇ ਓਪਨ ਵੀ ਖੇਡੇ? ਓਪਨ ਮਤਲਬ ਅਸੀਂ ਖੇਡੇ ਘੱਟ ਖੇਡੇ ਮੇਰੇ ਨਾਲ, ਜਿਵੇਂ ਗੋਲੂ ਅਬਲ ਖਰਾਣਾ ਅਤੇ ਇਹ ਪਰਮਿੰਦਰ ਪਿੰਦਾ ਮੋਟਾ, ਲੰਬੀ ਬਲਾਕ ਓਪਨ ਖੇਡੇ, ਹਾਂ ਪਿੰਡਾਂ 'ਚ ਖੇਡੇ ਓਪਨ ਅਸੀਂ। ਓਪਨ ਘੱਟ ਕਿਉਂ ਖੇਡੇ ਹੋ ਜੀ? ਘੱਟ ਜੀ, ਫਿਰ ਉਦੋਂ ਸਾਡੇ ਨਾਲ 2-3 ਪਲੇਅਰ ਹੀ ਹੁੰਦੇ ਸੀ, ਮੇਰੇ ਕੋਲ ਜਾਫ ਨਹੀਂ ਹੁੰਦੀ ਸੀ ਓਪਨ ਵਾਲੀ ਜੀ, ਜਿਵੇਂ ਗੋਲੂ ਹੀ ਹੁੰਦਾ ਸੀ ਮਤਲਬ ਉਸ ਮੇਨ ਸਾਡਾ ਜਾਫੀ,
ਅਤੇ ਮੇਰੇ ਕੋਲ ਰੇਡ ਫਿਰ ਮੇਰੇ ਕੋਲ ਰੇਡਰ ਵੀ ਨਹੀਂ ਹੁੰਦਾ ਸੀ ਕੋਈ ਜੀ ਓਪਨ 'ਚ ਜਿਵੇਂ ਮੈਂ ਬਾਹਰ 'ਚ ਇਕੱਲਾ ਕੋਡਿੰਗਾਂ ਪਾਉਂਦਾ ਸੀ ਓਪਨ 'ਚ ਮੈਨੂੰ ਇਕੱਲੇ ਨੂੰ ਕੋਡਿੰਗਾਂ ਪਾਉਣੀਆਂ ਪੈਂਦੀਆਂ ਸੀ ਜੀ ਓਪਨ 'ਚ ਮੈਂ ਭੱਜ ਆਉਂਦਾ ਸੀਗਾ ਪਰ ਇਹ ਐਂ ਹੁੰਦਾ ਸੀਗਾ ਜਿਵੇਂ ਹੁਣ ਮੰਨ ਲਾ ਵੀ ਡਰ ਵੀ ਲੱਗਦਾ ਸੀ ਓਪਨ ਵਾਲੇ ਭਾਰੇ ਜ਼ਿਆਦਾ ਹੁੰਦੇ ਸੀ ਮੇਰਾ ਬਾਹਰ ਕਿਲੋ ਵੇਟ ਹੁੰਦਾ ਸੀ ਇਸ ਕਰਕੇ ਵੀ ਅਸੀਂ ਫਿਰ ਓਪਨ ਘੱਟ ਹੀ ਖੇਡਦੇ ਸੀਗੇ ਜਿਵੇਂ ਕਿ ਅੱਜ ਕੱਲ੍ਹ ਹੋਰ ਟੀਮਾਂ 'ਚ ਪਲੇਅਰ ਖੇਡ ਲੈਂਦੇ ਦੋ ਬਾਹਰੋਂ ਇੱਕ ਬਾਹਰੋਂ ਜੇ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਫਿਰ ਓਪਨ ਹੋਰ ਵੀ ਖੇਡ ਲੈਂਦੇ ਓਪਨ ਜੀ ਐਂ ਜੀ ਜੇ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਜਿਵੇਂ ਅਸੀਂ ਉਦੋਂ ਉਸ 62 ਕਿਲੋ 'ਚ ਓਪਨ ਬਹੁਤ ਸੋਹਣੀ ਖੇਡਣੀ ਸੀ ਜੀ ਜਿਵੇਂ ਉਦੋਂ ਰੇਡਰ ਹੁੰਦੇ ਸੀ ਬਹੁਤ ਹੀ ਵਧੀਆ ਖੇਡਣੀ ਸੀ ਮੇਰੇ ਕੋਲ 3 ਮੁੰਡੇ ਸੀਗੇ ਜਿਵੇਂ ਬਘੇਲ ਮਾਨ ਸੀਗਾ ਬਹੁਤ ਵਧੀਆ ਸਾਡਾ ਜਾਫੀ ਬਣ ਗਿਆ ਸੀਗਾ ਜੀ ਅਤੇ ਤੁਸੀਂ ਕਿਹੜਾ ਇਲਾਕਾ ਜ਼ਿਆਦਾ ਖੇਡਦੇ ਸੀ ਵੈਸੇ ਜਿਵੇਂ ਕਿ ਮਾਲਵਾ ਜ਼ਿਆਦਾ ਖੇਡਿਆ ਕਿ ਕੋਈ ਮਾਲਵੇ ਤੋਂ ਬਾਹਰ ਵੀ ਖੇਡੇ ਹੋ ਨਹੀਂ ਜੀ ਅਸੀਂ ਜਿਵੇਂ ਬਠਿੰਡਾ ਵੀ ਖੇਡੇ ਹਾਂ ਜੀ ਬਠਿੰਡਾ ਏਰੀਆ ਆ ਗਿਆ ਹਰਿਆਣੇ 'ਚ ਖੇਡੇ ਜੀ ਅਸੀਂ ਅਲੀਗੇ ਦੀ ਟੀਮ ਹੁੰਦੀ ਸੀ 2-3 ਟੀਮਾਂ ਹੋਰ ਹੁੰਦੀਆਂ ਸੀ ਮੇਰੇ ਯਾਦ ਨਹੀਂ ਹੋਣਾ ਹਰਿਆਣੇ ਦੀਆਂ ਅਤੇ ਇੱਧਰ ਆਪਣੇ ਮੁਕਤਸਰ ਜ਼ਿਲ੍ਹਾ ਆ ਗਿਆ ਜੀ ਇਹ ਮੁਕਤਸਰ ਜ਼ਿਲ੍ਹਾ ਖੇਡੇ ਹਾਂ ਸਾਰਾ ਹੀ ਫਰੀਦਕੋਟ ਨਹੀਂ ਵੀ ਖੇਡੇ ਜੀ ਜਿਵੇਂ ਕਿ ਪੰਜਾਬ ਦੇ 5-7 ਜ਼ਿਲ੍ਹਿਆਂ 'ਚ ਖੇਡੇ ਹਾਂਜੀ ਹਾਂਜੀ ਜੀ ਪੂਰਾ ਪੰਜਾਬ ਨਹੀਂ ਖੇਡੇ ਨਹੀਂ ਪੂਰਾ ਪੰਜਾਬ ਨਹੀਂ ਖੇਡੇ ਜੀ ਜੀ ਹਾਂਜੀ ਅਤੇ ਕਿੰਨੇ ਕੁ ਮੈਚ ਜਿਵੇਂ ਕਿੰਨੇ ਕੁ ਟੂਰਨਾਮੈਂਟ ਖੇਡਦੇ ਸੀ ਉਹਨਾਂ 'ਚੋਂ ਕਿੰਨੇ ਕੁ ਜਿੱਤਦੇ ਰਹੇ ਹੋ ਉਦੋਂ ਜੀ ਜਿਵੇਂ ਮੰਨ ਲਓ ਵੀ ਸਾਲ ਦੇ ਅਸੀਂ ਬਾਹਰ ਦੇ ਜਦੋਂ ਬਾਹਰ ਖੇਡਣ ਲੱਗ ਗਏ 57 ਵੇਲੇ ਥੋੜ੍ਹੇ 57 ਵੇਲੇ ਵੀ 30-35 ਸਾਲ ਦੇ 25-30 ਬਾਹਰ ਦੇ ਜਿੱਤਦੇ ਰਹੇ ਜੀ 25-30 ਜਾਣੀ ਕਿ ਬਾਹਰ ਦੇ ਸਾਲ ਖੇਡਦੇ ਕਿੰਨੇ ਕੁ ਸੀ ਖੇਡਦੇ ਤਾਂ ਬਹੁਤ ਸੀ ਖੇਡਦੇ ਤਾਂ 50-60 ਟੂਰਨਾਮੈਂਟ ਖੇਡਦੇ ਹੋਵਾਂਗੇ ਜੀ ਹਾਂਜੀ ਜਿਵੇਂ ਕਿ ਅੱਧ 50 ਜਿੱਤ ਲੈਂਦੇ ਅੱਜ ਜਿੱਤ ਲੈਂਦੇ ਸੀ ਜੀ ਕਈ ਪਲੇਅਰ ਕਹਿੰਦੇ ਅਸੀਂ ਬਹੁਤ ਜਿੱਤਿਆ ਕੋਈ ਟੀਮ ਜਿੱਤਣ ਨਹੀਂ ਦਿੱਤੀ ਗਈ ਨਹੀਂ ਅਸੀਂ ਤਾਂ ਐਂ ਕਹਿੰਦੇ ਨਹੀਂ ਅਸੀਂ ਜਿੱਤਣ ਨਹੀਂ ਦਿੱਤੀ ਜੀ ਪਰ ਅਸੀਂ ਉਦੋਂ ਆਪਦੇ ਟਾਈਮ ਨਾਲ ਬਹੁਤ ਸੋਹਣਾ ਖੇਡੇ ਹਾਂ ਵੀ ਜਦੋਂ ਬਹੁਤ ਸੋਹਣਾ ਵੱਡੀਆਂ ਟੀਮਾਂ ਨਾਲ ਵੀ ਖੇਡੇ ਹਾਂ ਹੁਣ ਜਿਵੇਂ ਸਟਾਰ ਜਾਫੀ ਹੁੰਦੇ ਸੀ ਰੌਂਤੇ ਵਾਲੇ ਮੀਤੇ ਨਾਲ ਹੁੰਦੇ ਫੌਜੀ ਹੁੰਦਾ ਸੀ ਜੀ ਚੇਤੋ ਵਾਲੇ ਹੁੰਦਾ ਸੀਗਾ ਕੇਵਲ ਭਾਊ ਮੈਂ ਵਧੀਆ ਉਹਨਾਂ ਤੋਂ ਭੱਜ ਜਾਂਦਾ ਸੀਗਾ ਜੀ ਅਤੇ ਮੈਂ ਹੁਣ ਐਂ ਕਰਦਾ ਵੀ ਉਹਨਾਂ ਨੂੰ ਅਸੀਂ ਹਰੇ ਵੀ ਬਹੁਤ ਹੈ ਜਿੱਤਿਆ ਵੀ ਹੈਗਾ ਜੀ ਵਾਜੋ ਬਹੁਤ ਸੋਹਣੀ ਗੱਲ ਆ ਜੀ ਜਿਵੇਂ ਜਿੱਤੇ ਵੀ ਅਤੇ ਹਰੇ ਵੀ ਅਤੇ ਉਹਨਾਂ ਨਾਲ ਮੈਂ ਵਧੀਆ ਮੈਚ ਲੱਗਦੇ ਸਾਡੇ ਵਧੀਆ ਟੀਮਾਂ ਸੀ ਬਹੁਤ ਵਧੀਆ ਟੀਮਾਂ ਸਾਡੇ ਏਰੀਏ ਦੀਆਂ ਜੀ ਹਾਂ ਵੀਰੇ ਨਾਲ ਵੀ ਲੱਗਦੇ ਰਹੇ ਮੈਚ ਟੋਂਗਾਲੀ ਵਾਲੇ ਨਾਲ ਜੀ ਅਤੇ ਕਿੰਨੇ ਕੁ ਯਾਦਗਾਰ ਮੈਚ ਆ ਤੁਹਾਡੇ ਜੀ ਯਾਦਗਾਰ ਮੈਚ ਤਾਂ ਜੀ ਜਿਵੇਂ ਉੱਥੋਂ ਵਾਲਾ ਹੋ ਗਿਆ ਨਾਭੇ ਵਾਲਾ ਜੀ ਜੀ ਉਹ ਲੰਬੀ ਸਾਡੇ ਟੂਰਨਾਮੈਂਟ ਹੁੰਦਾ ਸੀ ਸਾਰੇ ਯਾਦਗਾਰ ਹੀ ਹੁੰਦੇ ਸੀ ਉਦੋਂ ਸਾਰਾ ਦਿਨ ਕੋਡਿੰਗਾਂ ਪਾਈ ਜਾਂਦੀਆਂ ਸੀ ਲੰਬੀ ਬਲਾਕ ਹੁੰਦੀ ਸਾਡੇ ਜੀ 62 ਹੁੰਦੀ ਸੀ ਅਤੇ ਇੱਥੇ ਯਾਦਗਾਰ ਹੀ ਸੀ ਸਾਰਾ ਜੀ ਇਹ ਸਾਰਾ ਦਿਨ ਜੀ ਨਾਭੇ ਵਾਲੇ ਮੈਚ ਦਾ ਜ਼ਿਕਰ ਹੋ ਜਾਏ ਜੀ ਤੁਸੀਂ ਯਾਨੀ ਕਿ ਪਿੰਡ ਦੀ ਟੀਮ 'ਚ ਖੇਡੇ ਕਿਸੇ ਹੋਰ 'ਚ ਜੀ ਮੈਂ ਟੋਂਗਾਲੀ 'ਚ ਖੇਡਿਆ ਸੀਗਾ ਜੀ ਕਿੰਨੀਆਂ ਕਬੱਡੀਆਂ ਪਾਉਣ ਦਾ ਮੌਕਾ ਮਿਲਿਆ ਕਬੱਡੀਆਂ ਵੀਰੇ ਦੇ ਬਰਾਬਰ ਹੀ ਪਾਈਆਂ ਸੀਗੀਆਂ ਸਾਰੇ ਮਤਲਬ ਹਰਿਆਣੇ 'ਚੋਂ ਵੀ ਟੀਮਾਂ ਆਈਆਂ ਸੀਗੀਆਂ ਅਤੇ ਪੰਜਾਬ ਦੀਆਂ ਵੀ ਟੋਪ ਟੀਮਾਂ ਸੀ ਸਾਰੇ ਪੰਜਾਬ ਦੀਆਂ ਟੋਪ ਹਰਿਆਣੇ ਦੀਆਂ ਟੋਪ ਟੀਮਾਂ 'ਚ ਕਿਹੜੀ ਕਿਹੜੀ ਟੀਮ ਨਾਲ ਤੁਹਾਡਾ ਮੈਚ ਲੱਗਿਆ ਸਾਡਾ ਜੇ ਇਹਦੇ ਨਾਲ ਲੱਗਿਆ ਸੀਗਾ ਘਰਾਚੋ ਨਾਲ ਵੀ ਲੱਗਿਆ ਸੀਗਾ ਜੀ ਜੀ ਹੋਰ ਰਗਬਾ ਸੀਗਾ ਉਹਦੇ ਨਾਲ ਲੱਗਿਆ ਹੋਰ ਕੁਛ ਮੇਰੇ ਯਾਦ ਨਹੀਂ ਟੀਮਾਂ ਕਾਫੀ ਮੈਚ ਲੱਗੇ ਜੀ ਸਾਡੇ ਜੀ ਉੱਥੇ 62 ਟੀਮਾਂ ਸੀਗੀਆਂ ਜੀ ਅਤੇ ਇੱਕ ਮੈਚ ਦੇ ਵਿੱਚ ਕਿੰਨੀਆਂ ਕਬੱਡੀਆਂ ਪਾਉਂਦੇ ਸੀ ਕਿੰਨੇ ਪੁਆਇੰਟ ਲੈਂਦੇ ਰਹੇ ਤੁਸੀਂ ਉਦੋਂ ਜੀ 15 ਤਾਂ ਘੱਟੋ ਘੱਟ ਕਬੱਡੀਆਂ ਪੈਂਦੀਆਂ ਸੀ 15-20 ਕਬੱਡੀਆਂ ਪਾਉਂਦੇ ਸੀ ਮੈਚ ਦੇ ਵਿੱਚ ਅਤੇ ਕਿੰਨੇ ਕਿੰਨੇ ਮੈਚ ਹੁੰਦੇ ਸੀ ਜਿਵੇਂ ਕਿ ਫਾਈਨਲ ਤੱਕ ਜਾਣ ਦੇ ਲਈ ਫਾਈਨਲ 'ਚ ਜਿਵੇਂ ਹੁਣ ਮੰਨ ਲਓ ਜੀ ਵੇਖ ਲਓ ਤੁਸੀਂ 20 ਟੀਮਾਂ ਤਾਂ 10 ਕਿੰਨੇ ਮੈਚ ਬਣ ਜਾਂਦੇ ਜੀ 19 ਮੈਚ ਬਣ ਜਾਂਦੇ ਜੀ ਜੇ 25 ਟੀਮਾਂ ਤਾਂ 20-25 ਟੀਮਾਂ ਹੁੰਦੀਆਂ ਟੂਰਨਾਮੈਂਟ 'ਤੇ ਜੀ ਜੀ ਅਤੇ ਇਕੱਲੇ ਕਬੱਡੀ ਪਾਉਂਦੇ ਸੀਗੇ ਜੀ ਜੀ ਥਕਾਵਟ ਨਹੀਂ ਮਹਿਸੂਸ ਹੁੰਦੀ ਸੀ ਥਕਾਵਟ ਜੀ ਉਦੋਂ ਮਿਹਨਤ ਹੀ ਬਹੁਤ ਕਰਦੇ ਸੀਗੇ ਜੀ ਟੂਰਨਾਮੈਂਟ ਖੇਡ ਲਿਆ ਫਿਰ ਟੂਰਨਾਮੈਂਟ ਐਂ ਖੇਡੀ ਜਾਂਦੇ ਸੀ ਸਰੀਰ ਨੂੰ ਐਂ ਮਹਿਸੂਸ ਨਹੀਂ ਹੁੰਦਾ ਸੀਗਾ ਜੀ ਅਤੇ ਖੁਰਾਕ ਪੱਕੋ ਕਿਵੇਂ ਸੀ ਘਰੋਂ ਖੁਰਾਕ ਪੱਖੋ ਮੇਹਰ ਸੀ ਬਾਬੇ ਨਾਨਕ ਦੀ ਜੀ ਛੋਟੇ ਜ਼ਿਮੀਦਾਰ ਸੀ ਖੁਰਾਕ ਬੰਦੀਆਂ ਬਹੁਤ ਸੀਗੀ ਵਧੀਆ ਜਾਣੀ ਕਿ ਚੰਗਾ ਲਵੀਰਾ ਰੱਖਿਆ ਸੀ ਚੰਗਾ ਚੰਗਾ ਜੀ ਵੈਸੇ ਅੱਜ ਕੱਲ੍ਹ ਵੀ ਲਵੀਰਾ ਤੁਹਾਡੇ ਇਲਾਕੇ 'ਚ ਬਹੁਤ ਰੱਖਿਆ ਮੈਂ ਲਵੀਰਾ ਸ਼ਬਦ ਵਰਤ ਰਿਹਾਗਾ ਪਸ਼ੂਆਂ ਨੂੰ ਲਵੀਰਾ ਕਿਹਾ ਜਾਂਦਾ ਮੈਂ ਕਹੀ ਰਹੀ ਜੀ ਕਾਫੀ ਜ਼ਿਆਦਾ ਇਸ ਏਰੀਏ 'ਚ ਪਸ਼ੂ ਹਜੇ ਵੀ ਰੱਖੇ ਆ ਜਿਵੇਂ ਕਿ ਸਾਡੇ ਇਲਾਕੇ ਦੇ ਵਿੱਚ ਘੱਟਦੇ ਤੁਰੇ ਜਾਂਦੇ ਹੈਗੇ ਨਹੀਂ ਸਾਡੇ ਤਾਂ ਬਹੁਤ ਰੱਖਦੇ ਜੀ ਅਤੇ ਇਲਾਕੇ 'ਚੋਂ ਕਿਸ ਤਰ੍ਹਾਂ ਦਾ ਮਾਣ ਮਿਲਦਾ ਸੀ ਇਲਾਕੇ 'ਚੋਂ ਮਾਣ ਮੈਨੂੰ ਬਹੁਤ ਮਿਲਿਆ ਜੀ ਇੱਕ ਆਪਣੇ ਮਿੰਟੂ ਗੁਰੂ ਸਰਗਿਆ ਹੋਏ ਆ ਸਾਡੇ ਪੱਤਰਕਾਰ ਆ ਸਤਿਕਾਰਯੋਗ ਜੀ ਉਹਨਾਂ ਨੇ ਇੱਕ ਬੁੱਕ ਲਿਖੀ ਸੀਗੀ ਉਹਦੇ 'ਚ ਮੇਰੇ ਨਾਂ ਦਾ ਜ਼ਿਕਰ ਕਰਿਆ ਸੀ ਜ਼ਿਲ੍ਹਿਆਂ ਵੰਨੀਓ ਖੇਡੇ ਸੀ ਅਸੀਂ ਜਿਵੇਂ ਬਠਿੰਡਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਿਆਂ ਦੀ ਟੀਮਾਂ ਦੇ ਖੇਡੇ ਸੀ ਅਸੀਂ ਅਤੇ ਉਹਨੇ ਮੇਰੇ ਮਤਲਬ ਜ਼ਿਕਰ ਕਰਿਆ ਸੀ ਵੀ ਰਾਜਾ ਕਬੱਡੀ ਖਿਡਾਰੀ ਵਧੀਆ ਖੇਡਿਆ ਅਤੇ ਉਹਦੇ ਡਾਕੂਆਂ ਦਾ ਮੁੰਡੇ ਫਿਲਮ ਵੀ ਬਣੀ ਹੈ ਜੀ ਉਹ ਬੁੱਕ 'ਤੇ ਫਿਲਮ ਦੇ ਵਿੱਚ ਜ਼ਿਕਰ ਹੈ ਕਿ ਕਿਤਾਬ 'ਚ ਜ਼ਿਕਰ ਕਿਤਾਬ 'ਚ ਜ਼ਿਕਰ ਕਰਿਆ ਫਿਲਮ 'ਚ ਨਹੀਂ ਗਾ ਹਾਂ ਜੀ ਜੀ ਯਾਨੀ ਕਿ ਇਹ ਵੀ ਮਾਣ ਵਾਲੀ ਗੱਲ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਬਾਕੀ ਤੁਹਾਡੇ ਇਲਾਕੇ ਦੀ ਗੱਲਬਾਤ ਕਰੀਏ ਮੈਨੂੰ ਲੱਗਦਾ ਇਹ ਕਲਾਕਾਰਾਂ ਗੀਤਕਾਰਾਂ ਐਕਟਰਾਂ ਰਾਜਨੀਤਿਕ ਦਾ ਏਰੀਆ ਅਤੇ ਖਿਡਾਰੀਆਂ ਦਾ ਏਰੀਆ ਵੀ ਆ ਹਾਂਜੀ ਹਾਂਜੀ ਰਾਜਨੀਤਿਕ ਤਾਂ ਸਾਡੇ ਸਾਰੇ ਮੈਂ ਤੁਹਾਨੂੰ ਪਤਾ ਹੀ ਹੈ ਜੀ ਜੀ ਪੂਰਾ ਮੇਨ ਹੈ ਜੀ
हाँ बाबे बोड़ी हो तो राजनीति राजनीति किसी पार्टी के होने पार्टी के होने जी राजनीति जी ते किन्ना का माण महसूस हूँ जो भी गिद्दड़ बाही का जिक्र आता जिम्मे कलाकार का जिक्र आता गुरदास मान साहब का हाकम सूफी का अजक जानी है ये उस इलाके का खिडारी है उदो जिक्र जो जमें कि किसी मिलते हो इलाका हाँ कि माण महसूस हों माण तो महसूस होंगे ही है जो मान साहब से हाकम सूफी से साडे जी साडे इरगे भी कि माण हों कबड्डी खेलते हूँ जिम्मे नवे मुंडे खेडन जाते हैं वो टूरनामेंट से कहें भी यार तेन पुछते भी राल बई वाला राजा पिंडों आए पुराना राजा की हाल है वह ठीक है नहीं पिछे जे एक टूरनामेंट से पुराना बजुर्ग कमेंटेटर हैगा बाबा बोर्ड कह सकते उन्होंने भी दलजीत सिद्धू राजे के कला उत्थे कोई राजे नाम का मुंडा खेड रहा सीगा मैं जिक्र ही कर देना कौलो वाला राजा जो राजे कौलो वाले ने रेड पाई तो उत्थे तुहाडा जिक्र करिया मैं ऐ लगा कि यार बाबे दे पूरियां गल्लां याद आ गईयां कहिंदा वह भी राजा बहुत तगड़ी कबड्डी खेड रहा उहदे मुँहों मैं जिक्र सुनिया कुछ दिन पहला ही जी दलजीत राजे के साडा सत्कारयोग सीगा बहुत तो साढ़े इधर मेन सा दलजीत रैके ने तो पंजाब बहुत ना कमाया से उस साडे वेले जी बहुत ज़्यादा ना सी दलजीत रैके का टूरनामेंट के स्पैशल आखण आते दूर दूर तो ही जिमें कि उन्होंने वालों माण दिता जाता बहुत माण दिता जिमें अजकल टीम बुक होंगे तुम दस रहे हो कह आते जाने कि घर आके कह के आते माहौल से कबड्डी का नहीं बुक नहीं करते जी घर आके कह के जाते जी फिर जाते जो जो हाँ जी हाँ जी जाते किराया मिलता से कि नहीं किराया जी जे तो कोई मतलब जिम्मे हम कोई की कह देना कोई दो चार टूरनामेंट से किराया नहीं मिलता जी कई तो किन्ने क इनाम वाले टूरनामेंट जितते रहे हो 2000 2100 2500 बस ये इनाम होंगे जी जो 2000 2500 जितते सी तो किन्ने किन्ने बंडी के पैसे रुपए आते 5-6 जने होंगे जी जी तो तुम देख लो जी किन्ने आने हौसला बहुत हो जाता सी जी जी माण बहुत हों बहुत पैसे आ गए तो रेडा के उत्ते पैसे लगते कि नहीं उदो रेडा लगते 5-10 रुपये 5-10 तो बहुत वड्डी गल सी जी कित्थे लगे सब तो वध लंबी लगते रहे जी और सारे सिख वाले लगते रहे जी क्योंली खेड तो इतने लगते थे अमलोट एरिए जिन्हें टूरनामेंट खेडे है झोड़ी टूरनामेंट खेडिया इतने लगते होंगे जी गुरुसर खेडे इतने लगते होंगे मल्लण धूड़कोट रोड़ी कपूरा जी इधर सारे पांच या दस इन्ना बहुत लगते थे जी वैसे उदो कबड्डी का माहौल ही इस तरह का अजकल जाल आ गए दर्शक जो कि 5 रुपये देने वाला हों तो बोले भी नहीं आते पहला जानी कि रस्सी बनी होंगी आके 5 रुपये 10 रुपये दिता तो वह एक माण ही बहुत ज्यादा होंगे सर नहीं तो कीमत बहुत सी पैसे की जी 5-10 रुपये की कीमत बहुत ज्यादा सी जिमें कई खिडारी कहते असी पैसा नहीं कमाया कबड्डी चो तुम पैसा कमाया कि नहीं पैसा नहीं असी मतलब इज्जत भी माण बहुत कमाया जी पैसा तो है ही नहीं सी इन्ना ही जी पैसा तो साढ़ा जो जाते टूरनामेंट तो कुछ खर्च हो जाता से कुछ खा पी लें पैसा तो नहीं पर ना बहुत कमाए जी घरों कि सपोर्ट सी कबड्डी घरों बहुत सपोर्ट सी सब तो वह कि ने सपोर्ट करी मेरे पिता जी सरदार छत्र सिंह जी जी मेरे चाचा जी से बलबीर सिंह से बलदेव सिंह मेरे चाचा जी गुरदत्ता सिंह मेरा ताया सगा उन्होंने बहुत सपोर्ट की मेरी जाने कि पिछे जाते कबड्डी हाँ मदद करते गरीब से चलो पर वधिया सी मतलब तो पिंड जो जिम्मे कि कबड्डी दीम से 3-4 सारे सपोर्ट करते तो खास करके ज़्यादा करते सू सा ना बन गया सपोर्ट सारे करते जी तो पिंड होर कि एक्टिविटिया करके जाने जाता गा सा पिंड जिमें जी अपने हरदेव मान कपिसर जी बहुत वधिया मतलब कनेडा भी जाके आए तो पूरा ना रोशन करा सा जी तो एक बग्गी फोड़ हों बग्गी मान 7000 फोड़ जी तो वो साढ़े छोटा भीर साढ़ा हूँ है नहीं गए उन्होंने बहुत नाम रोशन कराया साढ़े पिंड का लाल बई का जी जिमें कि उन्होंने वालों भी मान सम्मान दिता गया पिंड हाँ, जी नाम रोशन कर पूरा नाम रोशन कर कबिशरी साहब दिन बहुत सारिया कबिशरिया होंगे अक्सर ही थोड़े इलाके मेले होंगे उत्थे ज़्यादातर कबिशरी करते है जी उन्होंने वधिया कबिशरी जिता गा जी तो तुम पंजाब पुलिस के कदों भर्ती हुए थे मैं 21 मार्च 2002 नहीं तो पंजाब पुलिस वालों फिर कोई खेडा वाल भाग लिया हो किसी खेड च पंजाब पुलिस वालों मैं तो उससे जलंधर ही खेडे ही असं PAP भर्ती हुए थे जो जी थोड़ा चेर ही खेडे बस बड़ा चेर नहीं खेडे जी क्यों नहीं उधर रुचि दी रुचि बस ही फिर ड्यूटी वाले पास बह गए कथोरे उदू साडे उम्र के हिसाब ना फर्क पै जाए जी बाजी भाई भी सोहनी गल कही उम्र के हिसाब से सब कुछ हाँ होंगे ही है जी इन्ना लंबा तुम दसिया आप खेडी जाइए जी लत्त भी घड़ीसने वाली चाहिए घड़ीसने वाली गल है तो कबड्डी चढ़ती चढ़ाई छी है कि डाउन जो कि छी है नहीं कबड्डी असं इन्नी डाउन नहीं सी जी ਅਸੀਂ 2002 ਤੱਕ ਖੇਡੇ ਹਾਂ ਬਸ ਜੀ ਯਾਨੀ ਕਿ 10-12 ਸਾਲ ਹਾਂ 12 ਸਾਲ ਖੇਡੇ ਜੀ
ਜਿਵੇਂ ਕਿ ਚੜ੍ਹਦੀ ਚੜ੍ਹਾਈ ਛੱਡੀ ਚੜ੍ਹਦੀ ਚੜ੍ਹਾਈ ਛੱਡੀ ਹੈ ਜੀ। ਉਦੋਂ ਫਿਰ ਆਏ ਸੀਗੇ ਜੀ ਅਸੀਂ ਜਿਵੇਂ ਸਾਡੇ ਕਾਲੀ ਹੁੰਦਾ ਸੀ ਕੁਮਿੰਦਰ ਕਾਲੀ ਸੈਕਟਰੀ ਭਰਤੀ ਹੋ ਗਿਆ, ਬਘੇਲ ਮਾਨ ਹਰਿਆਣੇ 'ਚ ਹੈ ASI ਇਹ ਭਰਤੀ ਹੋ ਗਿਆ, ਕੁਲਦੀਪ ਸੂਲਾ ਫੌਜ 'ਚ ਭਰਤੀ ਹੋ ਗਿਆ ਸੀਗਾ, ਪਰਮਿੰਦਰ ਪਿੰਦਾ ਸੀ ਸਾਡੇ ਨਾਲ ਇੰਸਪੈਕਟਰ ਹੈ ਉਹ ਜਿਵੇਂ ਪੰਜਾਬ ਪੁਲਿਸ 'ਚ, ਇਹ ਜਿਵੇਂ ਹੁਣ ਇਹ ਅਸੀਂ ਭਰਤੀ ਹੋ ਗਏ ਸੀ ਮੁੰਡੇ ਮੈਂ ਉਹਨਾਂ, ਫਿਰ ਸਾਡੇ ਨਾਲ ਹੌਲੀ ਘੱਟ ਗਏ ਬੰਦੇ ਜੀ ਜੀ। ਬੋਬੀ ਮਾਨ ਹੁੰਦਾ ਸੀ ਸਾਡੇ ਨਾਲ, ਬੋਬੀ ਮਾਨ ਨੇ ਬਹੁਤ ਸਾਥ ਦਿੱਤਾ ਸਾਡਾ, ਬਹੁਤ ਸੋਹਣਾ ਖੇਡਦਾ ਰਿਹਾ ਜੀ। ਯਾਨੀ ਕਿ ਸਾਰੇ ਹੀ ਭਰਤੀ ਹੋ ਗਏ? ਹਾਂ ਅਸੀਂ ਕੋਈ ਨਾ ਭਰਤੀ ਹੋ ਸਕਿਆ। ਰਿਸ਼ਪਾਲ ਮੋੜ ਜੀ ਨਹੀਂ ਭਰਤੀ ਹੋਏ ਸਾਡੇ, ਜਿਹੜਾ ਖੇਡਦਾ ਸੀਗਾ ਉਦੋਂ ਜੀ। ਅਤੇ ਰਿਸ਼ਪਾਲ ਮੋੜ ਕੀ ਕੰਮ ਕਰਦਾ? ਰਿਸ਼ਪਾਲ ਮੋੜ ਬਸ ਘਰ ਦਾ ਕੰਮ ਹੀ ਖੇਤੀਬਾੜੀ ਹੈ ਜੀ। ਚਲੋ ਉਹਦੇ ਨਾਲ ਵੀ ਖੜਨਾ ਚਾਹੀਦਾ ਤੁਹਾਡੇ ਨਾਲ ਖੇਡਿਆ ਗਾ ਜੀ, ਜਿੰਨੇ ਵੀ ਤੁਸੀਂ ਇੱਕ ਫੀਲਡ ਵਾਲੇ ਭਰਤੀ ਹੋ ਗਏ ਵਧੀਆ ਹੈ, ਜਿਵੇਂ ਕਿ ਟੀਮ ਵਰਕ ਨਾਲ ਚੱਲਣਾ ਚਾਹੀਦਾ। ਅਤੇ ਅੱਜ ਕੱਲ੍ਹ ਪੁਰਾਣੇ ਪਲੇਅਰਾਂ ਨੂੰ ਮਿਲਦੇ ਹੋ ਪਿੰਡ ਦੀ ਟੀਮ ਤੋਂ ਬਾਹਰ ਵੀ ਹੋਰ ਕਿ ਨਹੀਂ? ਪੁਰਾਣੇ ਪਲੇਅਰਾਂ ਨੂੰ ਸਾਰਿਆਂ ਨੂੰ ਮਿਲਦੇ ਜਿਵੇਂ ਸਿੱਖ ਵਾਲੇ ਦੇ ਆ, ਖਿਓ ਵਾਲੀ ਦੇ ਆ ਜੀ, ਸਾਡੇ ਸਤਿਕਾਰ ਜੋਗਾ ਕਾਲਾ ਹੋ ਗਿਆ, ਕਕਣਾ ਹੋ ਗਿਆ, ਜਿੰਦਰ ਬਾਈ ਸਾਡਾ, ਉਹ ਸਾਰੇ ਹੈ ਨਹੀਂ ਸਾਡੇ 'ਚ ਵਿਚਾਰਾ, ਬਹੁਤ ਦੁੱਖ ਵਾਲੀ ਗੱਲ ਹੈ। ਗੋਲੂ ਸੀਗਾ ਬਲਖਰਾਣੇ ਵਾਲਾ, ਉਹਦੇ ਨਾਲ ਅਸੀਂ ਮਿਲ ਜੁਲ ਸੀ ਚੰਗਾ, ਉਹ ਵਿਚਾਰਾ ਹੁਣ ਹੈ ਨਹੀਂ ਸਾਡੇ 'ਚ, ਸਾਡੇ ਨਾਲ ਮੈਚ ਲਵਾਉਂਦਾ ਰਿਹਾ ਓਪਨ ਦੀ। ਅਤੇ ਸਿੱਖ ਵਾਲੇ ਦੇ ਮੁੰਡੇ ਸ਼ੈਲੀ ਵਰਗੇ, ਕਾਲੇ ਵਰਗੇ। ਅਤੇ ਕਬੱਡੀ ਨਾਲ ਅੱਜ ਕੱਲ੍ਹ ਅਟੈਚਮੈਂਟ ਹੈਗਾ ਕਿ ਨਹੀਂ, ਕਿ ਟੁੱਟ ਚੁੱਕੇ ਕਬੱਡੀ ਤੋਂ? ਕਬੱਡੀ ਨਾਲ ਅਸੀਂ ਅਟੈਚਮੈਂਟ ਜੀ, ਹੁਣ ਤੁਹਾਨੂੰ ਡਿਊਟੀ ਦਾ ਕਰਕੇ ਜੀ ਜੇ ਵਿਹਲੇ ਹੁੰਦੇ ਟੂਰਨਾਮੈਂਟ ਦੇਖ ਆਈਦਾ ਜੀ। ਬਘੇਲ ਮਾਨ ਹੁੰਦਾ ਮੈਂ, ਅਸੀਂ ਹੋਰ ਇੱਕ ਦੋ ਮੁੰਡੇ ਹੈਗੇ ਜਿਵੇਂ ਬੋਬੀ ਮਾਨ ਹੈ, ਅਸੀਂ ਜਾਵੜਦੇ ਹਾਂ ਦੇਖਦੇ ਹਾਂ ਟੂਰਨਾਮੈਂਟ ਜੀ। ਕਿੰਨੀ ਕੁ ਦੂਰ ਤੱਕ ਜਾਂਦੇ ਹੋ ਕਿ ਏਰੀਆ? ਨਹੀਂ ਦੂਰ ਨਹੀਂ ਜਾਂਦਾ ਜ਼ਿਆਦਾ ਜੀ ਜੀ, ਕੋਈ 20-30 ਕਿਲੋਮੀਟਰ ਦੇ ਏਰੀਏ 'ਚ ਬਸ ਜੀ। ਅਤੇ ਕਬੱਡੀ ਦਾ ਮਾਹੌਲ ਚੇਂਜ ਹੋਇਆ ਲੱਗਦਾ ਕਿ ਨਹੀਂ ਤੁਹਾਨੂੰ? ਕਬੱਡੀ ਦਾ ਜੀ ਹੁਣ ਸਾਨੂੰ ਤਾਂ ਹੁਣ ਜਿਵੇਂ ਹੁਣ ਜਿਵੇਂ ਹੁਣ ਨਾਮ ਹੈ ਚੇਂਜ ਹੋਇਆ ਲੱਗਦਾ ਜੀ, ਨਾਮ ਬਹੁਤ ਜ਼ਿਆਦਾ ਜੀ ਹੁਣ, ਜਿਵੇਂ ਕਿੰਨੇ ਕਿੰਨੇ ਨਾਮ ਮਿਲਦੇ ਆ, ਕਾਰਾਂ ਮੋਟਰਸਾਈਕਲ ਮਿਲਦੇ ਆ, ਚੇਂਜ ਹੋਇਆ ਲੱਗਦਾ ਮਾਹੌਲ ਜੀ। ਪਹਿਲਾਂ ਇਹ ਚੀਜ਼ਾਂ ਹੈ ਨਹੀਂ ਸੀ? ਪਹਿਲਾਂ ਨਹੀਂ ਜੀ, ਪਹਿਲਾਂ ਦਿੱਲੀ ਜਿੱਤੇ ਜਾਂ ਫਿਰ ਪਹਿਲਾਂ ਗੱਡੇ ਗੁੱਡੇ ਚਲਾਏ ਜਾਂਦੇ। ਪਹਿਲਾਂ ਐਂ ਹੁੰਦਾ ਸੀ ਸਾਡੇ, ਗੱਲ ਯਾਦ ਆ ਜੀ ਮੇਰੇ, ਇੱਥੇ ਜਿਵੇਂ ਸਾਨੂੰ ਅਸੀਂ ਕਬੱਡੀ ਖੇਡ ਕੇ ਬਾਹਰ ਆਉਂਦੇ ਹੁੰਦੇ ਸੀਗੇ, ਅਤੇ ਸਾਡੇ ਨਾ ਜਿਵੇਂ ਬਜ਼ੁਰਗ ਉਸ ਟਾਈਮ ਦੇ ਆ ਜਾਂਦੇ ਸੀ ਪੁਰਾਣੇ, ਉਹ ਆ ਕੇ ਸਾਨੂੰ ਥਾਪੀ ਦਿੰਦੇ ਸੀ, ਬਹੁਤ ਸੋਹਣਾ ਖੇਡੇ ਹੋ, ਅਤੇ ਨਾਲ ਇਹ ਕਹਿੰਦੇ ਸੀ ਨੌਕਰੀ ਮਿਲੂਗੀ ਜੀ, ਸੋਹਣਾ ਖੇਡਦੇ ਹੋ, ਉਹ ਗੱਲ ਮੇਰੇ ਯਾਦ ਆਈ। ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਜੀ ਉਹਨਾਂ ਦਾ। ਚਲੋ ਸਮੇਂ ਦੇ ਹਿਸਾਬ ਨਾਲ ਸਭ ਕੁਝ ਚੀਜ਼ਾਂ ਚੇਂਜ ਹੋ ਜਾਂਦੀਆਂ। ਅਤੇ ਕਬੱਡੀ ਦਾ ਮਾਹੌਲ ਤੁਸੀਂ ਦੱਸਿਆ ਕਿ ਪੈਸਾ ਆ ਗਿਆ, ਉਦੋਂ ਪੈਸਾ ਘੱਟ ਸੀਗਾ, ਅਤੇ ਕਬੱਡੀ ਦੇ ਵਿੱਚ ਕੋਈ ਹੋਰ ਕਮੀ ਜਾਂ ਖਾਸੀਅਤ ਲੱਗਦੀ ਹੋਵੇ ਅੱਜ ਦੀ ਕਬੱਡੀ 'ਚ? ਕਬੱਡੀ 'ਚ ਸਾਨੂੰ ਤਾਂ ਇਹ ਵੀ ਸਾਨੂੰ ਕਿਉਂ ਕਮੀ ਤਾਂ ਨਹੀਂ ਲੱਗਦੀ, ਪਰ ਖਾਸੀਅਤ ਹੈ ਵੀ ਜੇ ਹੁਣ ਆਪਦੇ ਹਿਸਾਬ ਨਾਲ ਜਿਵੇਂ ਪਲੇਅਰ ਖੇਡਦੇ ਆ ਜੀ, ਅਤੇ ਲੋਕਾਂ ਦਾ ਵੀ ਮਾਣ ਰੱਖਣ ਵੀ ਟਾਈਮ ਨਾਲ ਆਉਣ ਦੀ ਕੋਸ਼ਿਸ਼ ਕਰਿਆ ਕਰਨ ਜੀ, ਕਿੰਨੇ ਕਿੰਨੇ ਪੈਸੇ ਲਾਉਂਦੇ ਆ, NRI ਲਾਉਂਦੇ ਆ ਪਿੰਡਾਂ 'ਚੋਂ ਹੁਣ ਟੂਰਨਾਮੈਂਟ ਕਰਾਉਂਦੇ ਆ, ਵੀ ਟਾਈਮ ਦਾ ਥੋੜ੍ਹੀ ਪਾਬੰਦੀ, ਟਾਈਮ ਘੱਟ ਜ਼ਿਆਦਾ ਲਾਉਂਦੇ ਆ ਜੀ ਆਉਂਦੇ, ਕਿਤੇ ਨਾ ਕਿਤੇ ਟਾਈਮ ਦਾ ਕਰਕੇ ਲੇਟ ਮੈਚ ਹੋਣ ਕਰਕੇ, ਲੇਟ ਮੈਚ ਰਾਤ ਹਨੇਰੇ ਵੱਲ ਗਈ, 9-10 ਵੱਜ ਜਾਂਦੇ ਰਾਤ ਨੂੰ ਜੀ। ਅਤੇ ਜਦੋਂ ਤੁਸੀਂ ਕਬੱਡੀ ਖੇਡਦੇ ਸੀਗੇ ਜਾਂ ਸ਼ੁਰੂਆਤ ਕਰੀ ਸੀ, ਉਦੋਂ ਕਿਹੜਾ ਰੇਡਰ ਜਾਫੀ ਤੁਹਾਨੂੰ ਵਧੀਆ ਲੱਗਦਾ ਸੀ? ਐਂ ਲੱਗਦਾ ਸੀ ਆਹ ਰੇਡਰ ਮੈਨੂੰ ਐਂ ਲੱਗਦਾ ਕਿ ਇਹਦੇ ਵਰਗਾ ਬਣਾ, ਘੋੜੀ ਵਾਂਗੂ ਨੱਚਦਾ ਤੁਰਿਆ ਫਿਰਦਾ ਗਾ? ਨਹੀਂ ਮੈਨੂੰ ਐਂ ਸੀਗਾ ਜੀ, ਮੈਨੂੰ ਲੱਗਦਾ ਤਾਂ ਮਤਲਬ ਐਂ ਨਹੀਂ ਸੀ ਮੈਂ ਇਹਦੇ ਵਰਗਾ ਬਣਾ ਜੀ, ਇਹ ਤਾਂ ਨਹੀਂ ਮੇਰੇ ਮਨ 'ਚ ਸੀਗਾ ਵੀ ਮੈਂ ਇਹਦੇ ਵਰਗਾ ਬਣਾ, ਪਰ ਜਿਵੇਂ ਹੁਣ ਜੇਤੋ ਵਾਲਾ ਭਾਊ ਸੀ, ਤੁੰਗਲੇ ਵਾਲਾ ਭੀਰਾ ਸੀਗਾ, ਅਤੇ ਭੁੱਖਿਆਂ ਵਾਲਾ ਪਾਲ ਸੀਗਾ, ਇਹ ਮੈਨੂੰ ਵਧੀਆ ਸੀ ਜਿਵੇਂ ਪਾਲ ਜਾਫੀ ਸੀ, ਇਹ ਰੇਡਰ ਸੀਗੇ ਜੀ, ਇਹ ਵਧੀਆ ਲੱਗਦੇ ਸੀਗੇ। ਅਤੇ ਨਵੇਂ ਮੁੰਡਿਆਂ ਦੀ ਗੇਮ ਕਿਵੇਂ ਲੱਗਦੀ ਅੱਜ ਕੱਲ੍ਹ ਜੋ ਮੁੰਡੇ ਖੇਡ? ਨਵੇਂ ਮੁੰਡੇ ਸਾਡੇ ਹਰਪਾਲ ਮੁੰਡਾ ਬਹੁਤ ਸੋਹਣਾ ਖੇਡੀ ਜਾਂਦਾ ਜੀ, ਲਾਲ ਬਾਈ ਦਾ ਨਾਂ ਬਹੁਤ ਰੋਸ਼ਨ ਕਰੀ ਜਾਂਦਾ ਜੀ ਜੇ ਇੱਥੇ ਫਗਰਸਰ ਸਾਡੇ ਟੂਰਨਾਮੈਂਟ, ਇੱਕ ਤਾਂ ਫਗਰਸਰ ਹੁੰਦਾ ਜੀ ਵਿਸਾਖੀ 'ਤੇ, ਅਤੇ ਇੱਕ ਗੁਰੂ ਗੋਬਿੰਦ ਸਿੰਘ ਇਤਿਹਾਸਕ ਗੁਰਦੁਆਰਾ ਉੱਥੇ ਮੇਲਾ ਹੁੰਦਾ ਸੀਗਾ ਜੀ, ਜੀ ਉਹ ਸਾਡੇ ਵੇਲੇ ਹੁੰਦਾ ਸੀ, ਹੁਣ ਨਹੀਂ ਹੁੰਦਾ ਗਾ ਜੀ, ਅਤੇ ਇਹਨੂੰ ਇੱਥੇ ਕਾਰ ਨਾਲ ਸਨਮਾਨਿਤ ਕੀਤਾ ਜੀ ਹਰਪਾਲ ਨੂੰ ਜੀ, ਜਿਵੇਂ ਕਿ ਤੁਹਾਡੇ ਪਿੰਡ ਦਾ ਵਧੀਆ ਨਾਮ, ਸਾਡੇ ਪਿੰਡ ਦਾ ਵਧੀਆ ਨਾਮ। ਅਤੇ ਹੋਰ ਬਾਹਰਲੇ ਪਲੇਅਰ ਕਿਹੜੇ ਚੰਗੇ ਲੱਗਦੇ ਆ? ਬਾਹਰ ਦੇ ਜਾਂ ਸਾਰੇ ਵਧੀਆ ਲੱਗਦੇ ਜੀ ਆਪਾਂ ਨੂੰ, ਕਿਸੇ ਖਾਸ ਦਾ ਨਾਂ ਲੈਣਾ ਹੋਵੇ? ਖਾਸ ਤਾਂ ਆਪਾਂ ਨੂੰ ਸਾਰੇ ਖਾਸ ਹੈ, ਜਿਹੜੇ ਹੁਣ ਜਿਵੇਂ ਮੰਨ ਲਾ ਵੀ ਸਹੀ ਖੇਡਦੇ ਆਪਦਾ ਮਨਦਾਰੀ ਨਾਲ ਖੇਡਦੇ ਆ, ਸੱਚੀ ਖੇਡ ਖੇਡਦੇ, ਉਹ ਸਾਰੇ ਵਧੀਆ ਲੱਗਦੇ। ਭਾਜੀ ਬਹੁਤ ਸੋਹਣੀ ਗੱਲ ਕਹੀ ਹੈ, ਯਾਨੀ ਕਿ ਜੋ ਇਮਾਨਦਾਰ ਆ ਸੱਚੀ ਖੇਡ ਖੇਡ ਰਿਹਾ ਸਾਰੇ ਵਧੀਆ, ਸਾਰੇ ਵਧੀਆ ਲੱਗਦੇ ਜੀ, ਕੋਈ ਅੱਗੇ ਨਹੀਂ ਕੋਈ ਪਿੱਛੇ। ਹਾਂਜੀ ਜੀ, ਅਤੇ ਤੁਸੀਂ ਦੱਸਿਆ ਕਿ ਟੂਰਨਾਮੈਂਟ ਇੱਕ ਬੰਦ ਹੋ ਗਿਆ, ਹੋਰ ਵੀ ਕਾਫੀ ਜ਼ਿਆਦਾ ਟੂਰਨਾਮੈਂਟ ਤੁਹਾਡੇ ਇਲਾਕੇ 'ਚ ਬੰਦ ਹੁੰਦੇ? ਸਾਡੇ ਇਲਾਕੇ 'ਚ ਬਹੁਤ ਟੂਰਨਾਮੈਂਟ ਹੁੰਦੇ ਸੀਗੇ ਜੀ, ਸਾਡੇ ਇਲਾਕੇ 'ਚ ਘੱਟੋ ਘੱਟ 50 ਟੂਰਨਾਮੈਂਟ ਨੇੜੇ ਨੇੜੇ ਆ, ਨਾਲ ਹਰਿਆਣੇ ਵਾਲਾ ਪਾ ਕੇ 50-60 ਟੂਰਨਾਮੈਂਟ ਹੁੰਦੇ ਸੀ, ਉਹ ਕਿਤੇ ਹੋ ਜਾਂਦੇ ਕਿਤੇ ਬੰਦ, ਐਂ ਜੀ ਹੋ ਗਿਆ ਜੀ, ਘੱਟ ਗਏ ਟੂਰਨਾਮੈਂਟ ਜੀ, ਜਿਵੇਂ ਕਿ ਘੱਟਦੇ ਜਾਂਦੇ ਆ ਟੂਰਨਾਮੈਂਟ, ਸਾਡੇ ਵੇਲੇ ਜ਼ਿਆਦਾ ਸੀ ਜੀ। ਕੋਈ ਕਬੱਡੀ ਦੇ ਨਾਲ ਜਾਂ ਹੋਰ ਗੇਮ ਦੇ ਨਾਲ ਕੋਈ ਤੁਹਾਡੀ ਯਾਦ ਜੁੜੀ ਹੋਵੇ? ਯਾਦ ਜੀ, ਅਸੀਂ ਉੱਥੇ ਪੜ੍ਹਦੇ ਹੁੰਦੇ ਸੀਗੇ ਬਠਿੰਡੇ ਜੀ ਖਾਲਸਾ ਸਕੂਲ 'ਚ ਜੀ, ਮੈਂ ਹੁੰਦਾ ਸੀ, ਬਘੇਲ ਮਾਨ ਹੁੰਦਾ ਸੀ, ਰਿਸ਼ਪਾਲ ਹੁੰਦਾ ਸੀ, ਰਿਸ਼ਪਾਲ ਮੌੜਾ, ਅਸੀਂ ਬਠਿੰਡੇ ਪੜ੍ਹਦੇ ਸੀਗੇ ਜੀ, ਅਤੇ ਮੈਟ੍ਰਿਕ +1-2 ਮੈਂ ਉੱਥੇ ਬਠਿੰਡੇ ਕੀਤੀ ਹੈ ਜੀ ਜੀ, ਅਤੇ
ਅਤੇ ਸਾਡੇ ਦਰਸ਼ਨ ਡੀ ਪੀ ਹੁੰਦਾ ਸੀਗਾ ਜੀ ਗਿੱਦੜ ਬਾਈ ਦੇ ਉਸ ਸਕੂਲ 'ਚੋਂ ਡੀ ਪੀ ਮਾਸਟਰ ਸੀਗੇ ਅਤੇ ਉਹ ਮੈਨੂੰ ਕਹਿੰਦੇ ਵੀ ਸੁਖਰਾਜ ਤੂੰ ਵੀ ਯਾਰ ਦੇਖ ਭੱਜ ਕੇ ਕਹਿੰਦਾ ਅਤੇ 400 ਮੀਟਰ ਮੈਂ ਰੇਸ ਲਾਈ ਸੀਗੀ ਸਟੇਡੀਅਮ 'ਚ ਅਤੇ 400 ਮੀਟਰ ਰੇਸ 'ਚ ਮੈਂ ਗੁਰਦੀਪ ਨੂੰ ਹਰਾਤਾ ਸੀਗਾ ਜੀ ਅਤੇ ਐੱਸ ਆਈ ਆ ਹੁਣ ਉਹ ਡਿਊਟੀ ਕਰਦੇ ਆ ਬਠਿੰਡੇ ਡਿਊਟੀ ਆ ਟ੍ਰੈਫਿਕ 'ਚ ਆ ਜੀ ਜਾਣੀ ਕਿ ਉਹਨਾਂ ਨੂੰ ਹਰਾਇਆ ਉਹਨਾਂ ਨੂੰ ਕਬੱਡੀ ਦੇ ਨਾਲ ਕਿਸੇ ਹੋਰ ਚੀਜ਼ ਦਾ ਸ਼ੌਂਕ ਹੋਵੇ ਕਬੱਡੀ ਦੇ ਨਾਲ ਜੀ ਹੋਰ ਸ਼ੌਂਕ ਹੈ ਨਹੀਂ ਕੋਈ ਆਪਾਂ ਕਹਿ ਦਈਏ ਵਧੀਆ ਸ਼ੌਂਕ ਕਬੱਡੀ ਸਾਡਾ ਸ਼ੌਂਕ ਸੀ ਵੱਡਾ ਜੀ ਉਸੇ ਸ਼ੌਂਕ ਦੇ ਵਿੱਚ ਨਾਮ ਕਮਾਇਆ ਹਾਂਜੀ ਵਧੀਆ ਸ਼ੌਂਕ ਹੈ ਵੀ ਕਬੱਡੀ ਦਾ ਜੀ ਜਿਹਨਾਂ ਨੂੰ ਲੱਗ ਗਿਆ ਜਨੂੰਨ ਅਤੇ ਬੱਚਿਆਂ ਨੂੰ ਨਹੀਂ ਕਬੱਡੀ ਵੱਲ ਪਾਇਆ ਨਹੀਂ ਬੱਚਾ ਮੇਰਾ ਜੀ ਬਸ ਪੜ੍ਹਾਈ ਕਰਕੇ ਜੀ ਬਾਹਰ ਚਲਾ ਗਿਆ ਬੜਾ ਟਾਈਮ ਮਿਲਿਆ ਨਹੀਂ ਉਹਨੂੰ ਜੀ ਕਬੱਡੀ ਵਾਲੇ ਪਾਸੇ ਰਾਜਾ ਲਾਲਾ ਬਾਈ ਜੀ ਮੈਂ ਫਿਰ ਕਬੱਡੀ ਦੇ ਸਵਾਲ ਕਰਨ ਲੱਗ ਗਿਆ ਕੁਝ ਜਦੋਂ ਕਬੱਡੀ ਪਾਉਂਦੇ ਸੀ ਕਬੱਡੀ ਪਾਉਣ ਦਾ ਕੀ ਤੁਹਾਡਾ ਸਟਾਈਲ ਸੀਗਾ ਸਟਾਈਲ ਤਾਂ ਸਿੰਪਲ ਹੀ ਸੀਗਾ ਜੀ ਪਰ ਮੇਰੀ ਰੇਸ ਬਹੁਤ ਜ਼ਿਆਦਾ ਸੀ ਵੀ ਐਂ ਕੋਈ ਐਂ ਨਹੀਂ ਆਪਾਂ ਨਖਰੇ ਨੁਖਰੇ ਜਾਂ ਥਾਪੀ ਮਾਰਦੇ ਸੀਗੇ ਅਤੇ ਆਮ ਸਿੰਪਲ ਹੀ ਕਬੱਡੀ ਪਾਈਦੀ ਸੀ ਪਰ ਰੇਸ ਬਹੁਤ ਇੱਕ ਵਾਰ ਪਾਸੇ ਹੋ ਜਾਂਦਾ ਸੀਗਾ ਫਿਰ ਤਾਂ ਬਹੁਤ ਜ਼ਿਆਦਾ ਸਪੀਡ ਸੀ ਅਤੇ ਥਾਪੀ ਥੁਪੀ ਕਿਉਂ ਨਹੀਂ ਮਾਰਦੀ ਥਾਪੀ ਤਾਂ ਜੀ ਮਾਡਰਨ ਹੀ ਨਹੀਂ ਆਉਂਦੀ ਮਨ 'ਚ ਹੀ ਨਹੀਂ ਸੀਗੀ ਥਾਪੀ ਮਾਰ ਗਈ ਕਦੇ ਕਿਸੇ ਨਾਲ ਤੂੰ ਤੂੰ ਮੈਂ ਹੋਈ ਗਰਾਊਂਡ 'ਚ ਤੂੰ ਤੂੰ ਮੈਂ ਤਾਂ ਨਹੀਂ ਹੋਈ ਅਤੇ ਸਾਡੇ ਇੱਥੇ ਖਿਓ ਵਾਲੀ ਨਾਲ ਲੰਬੀ ਬਲਾਕ ਦਾ ਮੈਚ ਲੱਗਦਾ ਹੁੰਦਾ ਸੀਗਾ ਜੀ ਬਹੁਤ ਫਸਵਾਂ ਮੈਚ ਲੱਗਦਾ ਹੁੰਦਾ ਸੀਗਾ ਅਤੇ ਉਹਨਾਂ ਨਾਲ ਮਤਲਬ ਲੜ ਫਸ ਹੋ ਜਾਂਦੀ ਸੀ ਤੂੰ ਤੂੰ ਮੈਂ ਨਹੀਂ ਹੋਈ ਜੀ ਪਿਆਰ ਬਹੁਤ ਆ ਹੁਣ ਵੀ ਬਹੁਤ ਜਿਵੇਂ ਕਿ ਮੈਚ ਖੜਕੇ ਲੱਗਦਾ ਮੈਚ ਖੜਕੇ ਲੱਗਦਾ ਸੀਗਾ ਸਿੱਖ ਵਾਲਾ ਸੀਗਾ ਜੀ ਇਹਨਾਂ ਨਾਲ ਤੂੰ ਤੂੰ ਮੈਂ ਨਹੀਂ ਹੋਈ ਲੰਬੀ ਬਲਾਕ ਦੇ ਬਹੁਤ ਤਕੜੇ ਮੈਚ ਲੱਗਦੇ ਸਾਡੇ ਅਤੇ ਕਬੱਡੀ ਦੇ ਵਿੱਚ ਤੁਹਾਡੀ ਕੀ ਖਾਸੀਅਤ ਸੀ ਕੀ ਪਲੱਸ ਪੁਆਇੰਟ ਸੀ ਤੁਹਾਡੇ ਵਿੱਚ ਖਾਸੀਅਤ ਤਾਂ ਮੇਰੀ ਸਪੀਡ ਹੀ ਸੀ ਜੀ ਬਸ ਜਿਹਨਾਂ ਹੱਥ ਲਾ ਕੇ ਇੱਕ ਵਾਰ ਪਾਸੇ ਹੋ ਗਿਆ ਜਿਵੇਂ ਹੁਣ ਓਪਨ ਵਾਲਿਆਂ 'ਚ ਓਪਨ ਵਾਲਿਆਂ 'ਚ ਅਸੀਂ ਵਧੀਆ ਬਹੁਤ ਵਧੀਆ ਭੱਜ ਜਾਂਦਾ ਸੀਗਾ ਬਸ ਇੱਕ ਵਾਰ ਪਾਸੇ ਹੋ ਗਿਆ ਫਿਰ ਉਹ ਤਾਂ ਢੇਰੀਆਂ ਕੋਲ ਹੀ ਆਉਂਦੇ ਸੀ ਜਿਹੜੇ ਓਪਨ ਵਾਲੇ ਹੁੰਦੇ ਸੀ ਮੈਨੂੰ ਦੇ ਸਿੱਧੇ ਢੇਰੀ ਵੀ ਨਹੀਂ ਛੁੱਟ ਪੈਂਦੀ ਸੀ ਉਹਦਾ ਅਤੇ ਓਪਨ ਦੇ ਕਿੰਨੇ ਕੁ ਟੂਰਨਾਮੈਂਟ ਖੇਡੇ ਆ ਓਪਨ ਦੇ ਅਸੀਂ ਕਾਫੀ ਕੋਈ ਮਤਲਬ ਜਿਵੇਂ 50 ਕੁ ਟੂਰਨਾਮੈਂਟ ਓਪਨ ਦੇ ਖੇਡੇ ਹੋਣੇ ਆ ਜੀ ਜਿਹਦੇ ਵਿੱਚ 15-20 ਟੂਰਨਾਮੈਂਟ ਅਸੀਂ ਓਪਨ ਦੇ ਵੀ ਜਿੱਤੇ ਆ ਜੀ ਜਾਣੀ ਕਿ ਘੱਟ ਖੇਡੇ ਓਪਨ 62 ਅਤੇ ਜ਼ਿਆਦਾ ਖੇਡੇ 62 ਜ਼ਿਆਦਾ ਖੇਡੀ ਜੀ ਮੈਂ ਵੀ ਇਸ ਕਰਕੇ ਕੋਈ ਬੰਦਾ ਮੈਨੂੰ ਕਹਿੰਦਾ ਸੀ ਕਿ ਰਾਜੇ ਤੋਂ ਇਹ ਸਵਾਲ ਜ਼ਰੂਰ ਪੁੱਛਿਓ ਕਿ 62 ਖੇਡੀ ਜ਼ਿਆਦਾ 62 ਜਿੱਤੀ ਜ਼ਿਆਦਾ ਓਪਨ ਘੱਟ ਕਿਉਂ ਖੇਡੀ ਓਪਨ ਵੱਲ ਘੱਟ ਕਿਉਂ ਗਏ ਜਾਂ ਆਪਣੇ ਵੱਲ ਆਪਣੇ ਆਪ ਨੂੰ ਭਾਰ ਵਧਾ ਕੇ ਲੈ ਕੇ ਕਿਉਂ ਨਹੀਂ ਗਏ ਨਹੀਂ ਉੱਥੋਂ ਮੈਂ ਉਹੀ ਅਸੀਂ ਵੇਟ ਜਦੋਂ ਇੱਕ ਤਾਂ ਵੇਟ ਵਧਿਆ ਨਹੀਂ ਜਦੋਂ ਮਿਹਨਤੀ ਬਾਲੀ ਕਰਦੇ ਸੀਗੇ ਜੀ ਟੂਰਨਾਮੈਂਟ 'ਤੇ ਜਦੋਂ ਵੇਟ ਵਧਿਆ ਉਦੋਂ ਫਿਰ ਅਸੀਂ ਪੁਲਿਸ ਮਹਿਕਮੇ 'ਚ ਭਰਤੀ ਹੋ ਗਈ ਰਾਜ ਜੀ ਆਪਣੀ ਕਾਫੀ ਗੱਲਬਾਤ ਹੋਈ ਮਾਂ ਖੇਡ ਕਬੱਡੀ ਬਾਰੇ ਹੁਣ ਤੁਹਾਡੇ ਨਿੱਜੀ ਜੀਵਨ ਬਾਰੇ ਜਾਣਦੇ ਹਾਂ ਡੇਟ ਆਫ ਬਰਥ ਕੀ ਹੈ ਅਤੇ ਮਾਤਾ ਪਿਤਾ ਦਾ ਕੀ ਨਾਮ ਆ ਜੀ ਡੇਟ ਆਫ ਬਰਥ ਮੇਰੀ 6/6/1975 ਆ ਜੀ ਜੀ ਅਤੇ ਮੇਰਾ ਪਿਤਾ ਸਰਦਾਰ ਨਛੱਤਰ ਸਿੰਘ ਜੀ ਮਾਤਾ ਦਾ ਨਾਮ ਨਸੀਬ ਕੌਰ ਜੀ ਅਤੇ ਹੋਰ ਕੌਣ ਕੌਣ ਆ ਪਰਿਵਾਰ ਦੇ ਵਿੱਚ ਹੋਰ ਮੇਰੀ ਮੈਡਮ ਆ ਜੀ ਸਿਮਰਜੀਤ ਜੀ ਮੇਰੀ ਬੇਟੀ ਹੈ ਜੀ ਬੇਟਾ ਜੀ ਜੀ ਅਤੇ ਕਿੰਨੇ ਭੈਣ ਭਰਾ ਹੋ ਤੁਸੀਂ ਜੀ ਅਸੀਂ 2 ਭਾਈ ਹਾਂ ਜੀ ਜੀ ਗੁਰਸੇਵਕ ਹੈ ਮੇਰੇ ਭਰਾ ਦਾ ਨਾਮ ਮੇਰੀ ਭੈਣ ਦਾ ਨਾਮ ਪਰਮਜੀਤ ਅਤੇ ਤੁਹਾਡੇ ਬੱਚੇ ਕੀ ਕੰਮ ਕਾਰ ਕਰਦੇ ਆ ਬੱਚੇ ਜੀ ਮੇਰੀ ਬੇਟੀ ਹੈ ਜੀ ਜੀ ਬੇਟੀ 16 April 2019 'ਚ ਬਾਹਰ ਚਲੀ ਗਈ ਸੀ ਜੀ ਅਤੇ ਬੇਟਾ ਮੇਰਾ ਚਲਿਆ ਗਿਆ ਸੀ 23 December 2021 'ਚ ਜਾਣੀ ਕਿ ਬੱਚੇ ਵਿਦੇਸ਼ ਦੇ ਵਿੱਚ ਬੱਚੇ ਹਾਂ ਕੈਨੇਡਾ ਜੀ ਅਤੇ ਤੁਸੀਂ ਪਿੰਡ ਵਿੱਚ ਰਹਿ ਰਹੇ ਹੋ ਅਸੀਂ ਜਿਵੇਂ ਐਂ ਹੁੰਦਾ ਕਈ ਵਾਰੀ ਬੰਦੇ ਉਹ ਨੌਕਰੀ ਲੱਗ ਗਏ ਸ਼ਹਿਰ ਵੱਲ ਨੂੰ ਭੱਜਦੇ ਆ ਸ਼ਹਿਰ ਦੀ ਚੱਸ ਨਹੀਂ ਗਈ ਸ਼ਹਿਰ ਜੀ ਅਸੀਂ ਮੇਰੇ ਮਾਤਾ ਪਿਤਾ ਨਹੀਂ ਮੇਰੇ ਕਹਿੰਦੇ ਸੀ ਸ਼ਹਿਰ ਸਾਡਾ ਮਨ ਨਹੀਂ ਲੱਗਣਾ ਹੈਗਾ ਮੈਂ ਤਾਂ ਜਾ ਰਿਹਾ ਸੀ ਜੀ ਉਹਨਾਂ ਕਰਕੇ ਫਿਰ ਮੇਰੇ ਮਾਤਾ ਪਿਤਾ ਕਰਕੇ ਜੀ ਮੈਂ ਨਹੀਂ ਸ਼ਹਿਰ ਨਹੀਂ ਗਿਆ ਜਿਵੇਂ ਕਿ ਪਰਿਵਾਰ ਦੇ ਵਿੱਚ ਆਂਢ ਗੁਆਂਢ ਸਾਰੇ ਘਰਾਂ ਦੇ ਵਿੱਚ ਹੀ ਰਹਿ ਰਹੇ ਹਾਂਜੀ ਹਾਂਜੀ ਜੀ ਅਤੇ ਪਿੰਡ ਦੇ ਵਿੱਚੋਂ ਕਿਸ ਤਰ੍ਹਾਂ ਦਾ ਮਾਣ ਮਿਲਦਾ ਪਿੰਡ ਤੋਂ ਬਹੁਤ ਮਾਣ ਮਿਲਦਾ ਜੀ ਖੜਦੇ ਹੋ ਪਿੰਡ ਵਾਲਿਆਂ ਨਾਲ ਹਾਂਜੀ ਤੁਹਾਡੇ ਨਾਲ ਪਿੰਡ ਵਾਲੇ ਖੜਦੇ ਆ ਖੜਦੇ ਜੀ ਜੀ ਐਂ ਹੁੰਦਾ ਕਈ ਵਾਰੀ ਆਪਾਂ ਖੜੀ ਜਾਂਦੇ ਕੋਈ ਆਪ ਨਾ ਖੜੇ ਨਹੀਂ ਨਹੀਂ ਪਿੰਡ ਵਾਲਿਆਂ ਦੇ ਬਹੁਤ ਮਾਣ ਸਨਮਾਨ ਮਿਲਦਾ ਜੀ ਹੈ ਯਾਰੀ ਦੋਸਤੀ ਪਿੰਡ ਵਿੱਚ ਕਿ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਜ਼ਿਕਰ ਜਾ ਹੋ ਜੇ ਜਿਵੇਂ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਨਵੀਂ ਸਵਾਲ ਜ਼ਰੂਰ ਕਰ ਲਿਓ ਕਿ ਕੋਈ ਰਹਿ ਨਾ ਜਾਵੇ ਹਾਂ ਜਿਵੇਂ ਕੋਈ ਐਂ ਜਿਵੇਂ ਹੁਣ ਬੋਬੀ ਮਾਨ ਸਾਡਾ ਪਲੇਅਰ ਹੈ ਪਰਮਿੰਦਰ ਬਿੰਦਾ ਬਗੇਰ ਮਾਨ ਰਿਸ਼ਪਾਲ ਮੋੜ ਸੰਤਾ ਸਾਡਾ ਜੀ ਇਹ ਗਰੀਬ ਚਾਰਾ ਸੀ ਬਲਜੀਤ ਸੀਗਾ ਬਲਜੀਤ ਮੈਂਬਰ ਸੁਭਾਸ਼ੀ ਸ਼ਰਮਾ ਜੀ ਅਤੇ ਜੀਵਨ ਸੀਗਾ ਜੀ ਇਹ ਬਹੁਤ ਵਧੀਆ ਪਲੇਅਰ ਸੀ ਸਾਡੇ ਜੀ ਪਰ ਇੱਕ ਉਸ ਗਰੀਬੀ ਕਰਕੇ ਜੀ ਵਿਚਾਰੇ ਜੀ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਜੀ ਅਤੇ ਪੜ੍ਹਾਈ ਕਿੱਥੋਂ ਤੱਕ ਹੋਈ ਹੈ ਤੁਹਾਡੀ ਜੀ ਪੜ੍ਹਾਈ ਆਪਣੀ +2 ਤੱਕ ਆਈ ਪੜ੍ਹਨ ਦੇ ਵਿੱਚ ਕਿਸ ਤਰ੍ਹਾਂ ਸੀ ਪੜ੍ਹਨ ਦੇ ਠੀਕ ਠਾਕ ਸੀਗੀ ਕਬੱਡੀ ਵੱਲ ਜ਼ਿਆਦਾ ਧਿਆਨ ਸੀ ਕਬੱਡੀ ਵੱਲ ਜ਼ਿਆਦਾ ਧਿਆਨ ਅਤੇ ਆਪਣੀ ਕਾਫੀ ਗੱਲਬਾਤ ਫਿਰ ਜਾਂਦੇ ਜਾਂਦੇ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਨਵੇਂ ਉਠਲੇ ਖਿਡਾਰੀਆਂ ਨੂੰ ਸੰਦੇਸ਼ ਤਾਂ ਮੇਰਾ ਇਹੀ ਹੈ ਮਾਨ ਸਾਹਿਬ ਵੀ ਜਿਹੜੇ ਹੁਣ ਸਟਾਰ ਪਲੇਅਰ ਆਪਣੇ ਹੁਣ ਮੈਚ ਹੁੰਦੇ ਆ ਆਪਣੇ ਉਹ ਸੰਦੇਸ਼ ਹੈ ਵੀ ਉੱਥੇ ਜਿਵੇਂ ਉਹ ਕਰਾਉਂਦੇ ਆ ਟੂਰਨਾਮੈਂਟ ਅਤੇ ਉਹਦੇ ਵਿੱਚ ਉਹ ਬੋਲਦਿਆ ਕਰਨਾ ਵੀ ਬੱਚਿਆਂ ਨੂੰ ਵੀ ਬੱਚੇ ਵੀ ਨਸ਼ਿਆਂ ਤੋਂ ਬਚੋ ਉਹਨਾਂ ਦੇ ਮਗਰ ਲੋਕ ਲੱਗਦੇ ਆ ਜਿਹੜੇ ਚੰਗੇ ਪਲੇਅਰ ਆ ਜਿਵੇਂ ਕਲਾਕਾਰ ਹੈ ਉਹਨਾਂ ਦਾ ਉਹ ਲੋਕ ਜਿਹੜੇ ਬੋਲਦਿਆ ਕਰਨ ਟੂਰਨਾਮੈਂਟ 'ਤੇ ਵੀ ਜੀ
तो बच्चों संदेश देन भी तुम कबड्डी खेलो कोई होर गेम खेल लो भी नशे तो बचो पंजाब भी नशे तो बच जाए। तो मैसेज बहुत वधिया तुसीं इह कहा कि प्लेयर अपील करनी चाहिए जिवें कलाकारां पिछे हाँ। लोग लगते हैं दर्शक लगते हैं उन्होंने फैन होंगे तो प्लेयर के भी फैन आ जाने के फैन जी जी बहुत सोहनी गल की है पहला ऐसा मैसेज है जो कि कट के पाना पवेगा जी बहुत बहुत शुक्रिया तुसीं टीम दे लई टाइम कढ़िया धन्यवाद जी थोड़ा भी बहुत धन्यवाद मान साहब। दर्शक भीरो अज प्रसिद्ध कबड्डी रेडर जिन्हों की 62 किलो के तूती बोलती सी राजा लाल बाई जी उन्होंने गलबात करी तुहानू ये गलबात दर्शक भीरो किस तरह की लगी कमेंट बॉक्स के कमेंट करके जरूर दसना अगली बार किसी होर शख्सियत को लेके हाजिर होने तद तक लई सानू दिओ इजाजत प्यार भरी सत श्री अकाल।